ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਇੰਡਸਟਰੀ ਵੀ ਆਸਟ੍ਰੇਲੀਆ ਮੈਂ ਹਾਂ ਜੀ ਗੁਰਦੇਵ ਸਿੰਘ ਸਿੱਧੂ ਤੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੋਸਤੋ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਆਪਣੇ ਫੇਸਬੁੱਕ ਪੇਜ ਤੋਂ ਆਪਣੇ YouTube ਚੈਨਲ ਤੋਂ ਬਿਲਕੁਲ ਲਾਈਵ ਕਰਦੇ ਹਾਂ ਜਿਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਹੁੰਦੀ ਆ ਟਿੱਕਾ ਟਿੱਪਣੀ ਹੁੰਦੀ ਆ ਤੇ ਨਾਲ ਦੀ ਨਾਲ ਤੁਹਾਡੇ ਸਵਾਲਾਂ ਨੂੰ ਤੁਹਾਡੇ ਵਿਚਾਰਾਂ ਨੂੰ ਵੀ ਲਿਆ ਜਾਂਦਾ ਉਹਨਾਂ ਤੇ ਵੀ ਗੱਲਬਾਤ ਹੁੰਦੀ ਆ ਸੋ ਅੱਜ ਵੀ ਆਪਣੇ ਸਵਾਲਾਂ ਨਾਲ ਆਪਣੇ ਵਿਚਾਰਾਂ ਨਾਲ ਆਪਣੀਆਂ ਟਿੱਪਣੀਆਂ ਨਾਲ ਇਸ ਪ੍ਰੋਗਰਾਮ 'ਚ ਹਿੱਸਾ ਜ਼ਰੂਰ ਪਾਓ ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ 'ਚ ਸ਼ਾਮਲ ਨੇ ਹਰਜੀਤ ਲਸਾੜਾ ਹੁਣੀ ਤੇ ਨਾਲ ਦੀ ਨਾਲ ਦਲਜੀਤ ਸਿੰਘ ਹੁਣੀ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਫਿਰ ਕਰਦੇ ਅਗਲੀ ਗੱਲਬਾਤ ਲਸਾੜਾ ਸਾਹਿਬ ਤੇ ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਹਾਲ ਚਾਲ ਕਿਦਾਂ ਹਾਲ ਚਾਲ ਬਹੁਤ ਵਧੀਆ ਜੀ ਆ ਲਸਾੜਾ ਸਾਹਿਬ ਜਿੱਦਾਂ ਤੁਸੀਂ ਕਮੀਜ਼ ਦੇ ਵੱਟ ਗੱਡੇ ਆ ਨਾ ਉਧਰ ਕਹਿੰਦੇ ਭਾਰਤ ਦੇ ਵਿੱਚ ਗਰਮੀ ਨੇ ਵੱਟ ਗੱਡੇ ਪਾਏ ਜਿਹਨੂੰ ਕਹਿੰਦੇ ਨਾ ਵੱਟ ਐ ਤਰਾ ਤਰਾ ਕਰਾਈ ਪਈ ਆ ਜੀ ਮੌਸਮ ਕੁਦਰਤ ਦੇ ਰੰਗ ਤੇ ਬੱਟ ਦੀ ਜਦੋਂ ਤੁਸੀਂ ਗੱਲ ਕੀਤੀ ਬੱਟ ਵੀ ਹੁਣ ਕਈ ਤਰ੍ਹਾਂ ਦੇ ਹਨ ਜੀ ਜਦਾਂ ਵੀ ਇੱਕ ਮਤਲਬ ਦੇ ਕਈ ਸ਼ਬਦਾਂ ਬਣਦੇ ਬਹੁਤ ਮਤਲਬ ਘੜ ਦਿੰਦੇ ਆ ਜਿੱਦਾਂ ਕਹਿੰਦੇ ਆ ਵੀ ਤੁਸੀਂ ਬੱਟ ਕੱਢੇ ਪਏ ਆ ਫੇਰ ਇੱਕ ਖੇਤ ਦੀ ਬੱਟ ਕਹਿ ਦਿੰਦੇ ਹੁੰਦੇ ਆ ਹਨਾ ਤੇ ਇੱਕ ਰੱਸੀ ਨੂੰ ਬੱਟ ਚੜਿਆ ਆ ਇੱਕ ਇੱਕ ਉਹ ਵੀ ਹੁੰਦਾ ਨਾ ਇੱਕ ਧਰਮੀ ਦਾ ਬੱਟ ਨਹੀਂ ਇੱਕ ਉਹ ਵੀ ਹੁੰਦਾ ਨਿਮਰਤ ਖੈਰਾ ਹੁਣਾ ਦਾ ਗਾਣਾ ਵੀ ਆਇਆ ਨਾ ਵੀ ਮੈਂ ਤੇਰੇ ਨਾਲ ਗੱਲ ਕਰਨੀ ਉਹ ਕਿਉਂ ਕਹਿੰਦੀ ਬੱਟ ਵੇ ਉਹ ਵੀ ਉਹਦਾ ਇੱਕ ਨਵਾਂ ਬੱਟ ਜਿਹੜਾ ਐਡ ਕਰ ਲਿਆ ਇਹੀ ਪਛਾਵਾ ਦੀ ਖੂਸੂਰਤੀ ਆ ਇੱਕ ਹੋਰ ਵੀ ਬੱਟ ਹੁੰਦਾ ਕਿ ਪਰ ਵੈਸੇ ਹੀ ਬੱਟ ਚੜੜਿਆ ਹੁੰਦਾ i don't know ਬਸ ਤੇ ਯਾਦ ਕਰਦੇ ਵੀ ਕਿਸੇ ਨੂੰ ਵੱਟ ਨਾਲ ਚੜਿਆ ਹੋਵੇ ਤੇ ਸਹੀ ਹੋਵੇ ਸਾਰਾ ਕੁਝ ਇੱਕ ਦਿਲਜੀਤ ਜੀ ਜੋ ਆਪਾਂ ਪੜਦੇ ਹੁੰਦੇ ਉਹ ਆਪਣੇ ਅਧਿਆਪਕ ਵੀ ਕਹਿੰਦੇ ਹੁੰਦੇ ਅੱਜ ਤੇਰੇ ਵੱਟ ਵੇਖੀ ਮੈਂ ਕਿਵੇਂ ਕੱਢਦਾ ਬਿਲਕੁਲ ਬਿਲਕੁਲ ਵਾਹ ਵਾਕੇ ਜਿਹੜੀ ਪੰਜਾਬੀ ਭਾਸ਼ਾ ਦੀ ਖੂਬਸੂਰਤੀ ਆ ਕਿ ਇੱਕ ਸ਼ਬਦ ਦੇ ਬਹੁਤ ਸਾਰੇ ਮਤਲਬ ਨਿਕਲਦੇ ਆ ਪਰ ਵੱਟ ਜਿਹੜਾ ਆ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਆ ਪੰਜਾਬ ਦੇ ਵਿੱਚ ਜੇ ਉੱਤਰੀ ਭਾਰਤੀ ਆਪਾਂ ਗੱਲ ਕਰੀਏ ਲੂ ਚੱਲਣੀ ਕਿਉਂਕਿ ਮਈ ਮਹੀਨੇ ਦੇ ਵਿੱਚ ਲੂ ਜਿਹੜੀ ਆ ਚੱਲਦੀ ਆ ਤੇ ਇੱਕ ਪਹਿਲਾਂ ਵੀ ਪ੍ਰੋਗਰਾਮ ਵਿੱਚ ਮੈਂ ਇਹ ਗੱਲ ਕੀਤੀ ਸੀ ਵੀ ਇਹ ਗਿੱਚੀ ਨੂੰ ਬਹੁਤ ਪੈਂਦੀ ਆ ਜਿਹੜਾ ਗੱਲ ਦਾ ਪਿਛਲਾ ਜੀ ਜੀ ਇਸੇ ਕਰਕੇ ਸਾਡੇ ਜਿਹੜੇ ਬਜ਼ੁਰਗ ਸੀ ਉਹ ਤੌੜਲਾ ਛੜਦੇ ਹੁੰਦੇ ਸੀ ਪਿਛਾਂ ਹਾਂ ਬਿਲਕੁਲ ਤੇ ਫਿਰ ਕੋਲਰ ਜਿਹੜੇ ਆ ਉਹ ਇਹਦੇ ਬਚਾ ਦੇ ਲਈ ਕੋਲਰ ਇਦਾਂ ਬਣਾਏ ਜਾਂਦੇ ਆ ਜੀ ਤੇ ਇਸ ਕਰਕੇ ਆਪਣੇ ਉੱਥੇ ਜਿਹੜੇ ਰਹਿਣ ਵਾਲੇ ਆ ਦੋਸਤ ਮਿੱਤਰ ਉਹਨਾਂ ਨੂੰ ਜ਼ਰੂਰੀ ਆ ਵੀ ਤੁਸੀਂ ਪਰਹੇਜ਼ ਕਰੋ ਕਿਉਂਕਿ ਯਾਦ ਕੀਤਾ ਦੱਸਦੇ ਆ ਵੀ 48 49 ਡਿਗਰੀ ਇਹ ਬਹੁਤ ਜ਼ਿਆਦਾ ਹਾਈएस्ट ਟੈਂਪਰੇਚਰ ਹੁੰਦਾ ਵੀ ਇਸ ਵਾਰ ਮਈ ਮਹੀਨੇ ਦੇ ਵਿੱਚ ਅਜੇ ਜੂਨ ਜੁਲਾਈ ਆਉਣਾ ਹੈ ਤੇ ਗਰਮੀ ਦਿਨ ਪਰ ਦਿਨ ਜਿਹੜੀ ਵਧ ਰਹੀ ਆ ਉਹਦਾ ਕਾਰਨ ਇਹ ਵੀ ਆ ਕਿ ਅਸੀਂ ਕੁਦਰਤ ਦੇ ਨਾਲ ਛੇੜਛਾੜ ਇੰਨੀ ਕੀਤੀ ਆ ਬਿਲਕੁਲ ਵੀ ਉਹਦੇ ਕਰਕੇ ਸਾਨੂੰ ਜਿਹੜੀਆਂ ਹੁਣ ਪ੍ਰੋਬਲਮਸ ਆ ਉਹ ਫੇਸ ਕਰਨੀਆਂ ਪੈ ਰਹੀਆਂ ਉਧਰ ਗਰਮੀ ਨੇ ਵੀ ਵੱਟ ਕੱਢੇ ਤੇ ਉਧਰੋਂ ਬਿਜਲੀ ਦੇ ਕਟਾਂ ਨੇ ਵੀ ਵੱਟ ਕੱਢਿਆ ਬਿਜਲੀ ਦੇ ਜਿਹੜੇ ਕਟ ਆ ਉਹ ਲਗਾਤਾਰ ਵਧਦੇ ਜਾ ਰਹੇ ਜਿਹਦੇ ਕਰਕੇ ਲੋਕ ਜਿਹੜੇ ਆ ਕਾਫੀ ਪਰੇਸ਼ਾਨ ਆ ਜੀ ਤੇ ਜਲਦੀ ਜੀ ਆਪਾਂ ਖਬਰਾਂ ਵੱਲ ਚੱਲੀਏ ਤੇ ਸ਼ੁਰੂਆਤ ਆ ਜੋ ਇਸ ਵਕਤ ਜਿਹੜਾ ਈਦ ਦਾ ਮੁਬਾਰਕ ਮੌਕਾ ਆ ਜੇ ਆਪਾਂ ਸੋਸ਼ਲ ਮੀਡੀਆ ਤੇ ਵੇਖੀਏ ਤਾਂ ਉੱਥੇ ਜਿਹੜੇ ਬਾਬੇ ਨਾਨਕ ਦੀ ਸਾਂਝੀ ਵਲਤਾ ਉਹਦੀਆਂ ਪ੍ਰਤੀਕ ਬਹੁਤ ਸੜੀਆਂ ਤਸਵੀਰਾਂ ਸਾਡੇ ਸਾਹਮਣੇ ਹੁੰਦੀਆਂ ਜਿਹਦੇ ਵਿੱਚ ਜਿਹੜਾ ਸਾਡੇ ਸਿੱਖ ਭਾਈਚਾਰਾ Hindu ਭਾਈਚਾਰਾ ਮੁਸਲਮਾਨ ਭਾਈਚਾਰਾ ਸਾਰੇ ਰਲ ਕੇ ਬੱਚੇ ਇਕੱਠੇ ਖੇਡ ਰਹੇ ਆ ਸਾਰੇ ਈਦ ਮਨਾ ਰਹੇ ਆ ਉਹ ਵੇਖ ਕੇ ਬਹੁਤ ਵਧੀਆ ਲੱਗਦਾ ਪਰ ਜੇ ਆਪਾਂ ਪਿਛਲੇ ਲੰਘੇ ਕੁਝ ਦਿਨਾਂ ਦੀ ਗੱਲ ਕਰੀ ਜਿੱਥੇ ਈਦ ਲੰਘ ਕੇ ਗਈ ਆ ਉੱਥੇ ਪਟਿਆਲੇ ਦੇ ਵਿੱਚ ਇੱਕ ਨਫ਼ਰਤ ਬੀਜਣ ਦਾ ਬੀਜ ਵੀ ਕੀਤਾ ਗਿਆ ਇੱਕ ਇੱਕ ਸਿਆਸੀ ਖੇਡ ਖੇਡੀ ਗਈ ਬਹੁਤ ਗੰਦੀ ਖੇਡ ਖੇਡੀ ਗਈ ਉਹਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਅਸੀਂ ਤਾਂ ਇੰਨਾ ਕ ਜਾੜਦੇ ਕਿ ਜਿਹੜਾ ਈਦ ਈਦ ਦੇ ਮੌਕੇ ਦੇ ਉੱਤੇ ਪਹਿਲਾਂ ਤਾਂ ਸਾਰੇ ਜਿੰਨੇ ਸਾਡੇ ਮੁਸਲਮਾਨ ਭਰਾ ਆ ਸਾਰਿਆਂ ਨੂੰ ਮੁਬਾਰਕਾਂ ਰਮਜ਼ਾਨ ਦਾ ਮਹੀਨਾ ਜਿਹੜਾ ਸੀ ਪਵਿੱਤਰ ਮਹੀਨਾ ਉਹ ਸਮਾਪਤ ਹੋਇਆ ਕੁਝ ਦੇਸ਼ਾਂ ਦੇ ਵਿੱਚ ਸੋਮਵਾਰ ਨੂੰ ਮਨਾਈ ਗਈ ਹੈ ਕੁਝ ਦੇਸ਼ਾਂ ਦੇ ਵਿੱਚ ਮੰਗਲਵਾਰ ਨੂੰ ਮਨਾਈ ਗਈ ਹੈ ਤੇ ਦੇਖੋ ਸਾਡਾ ਜਿਹੜਾ ਧਰਮ ਆ ਇਹਦੇ ਵਿੱਚ ਇਹੀ ਆ ਸਾਂਝੀ ਵਾਲਤਾ ਦਾ ਇਹ ਪ੍ਰਤੀਕ ਆ ਸਾਡਾ ਧਰਮ ਅਸੀਂ ਰਿਸਪੈਕਟ ਕਰਦੇ ਆ ਤੇ ਸਾਡੇ ਜਿਹੜੇ ਮੁਸਲਮਾਨ ਭਰਾ ਉਹਨਾਂ ਨੂੰ ਅਸੀਂ ਮੁਬਾਰਕਾਂ ਵੀ ਦਿੱਤੀਆਂ ਇੱਥੇ ਵੀ ਦਿੱਤੀਆਂ ਕਿਉਂਕਿ ਬ੍ਰਿਸਬੇਨ ਦੇ ਵਿੱਚ ਵੀ ਮਨਾਈ ਗਈ ਜੀ ਤੇ Eid ਦੇ ਮੌਕੇ ਦੇ ਉੱਤੇ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਜਿੱਦਾਂ ਮੁੰਸ਼ੀ ਪ੍ਰੇਮ ਚੰਦ ਦੀ ਇੱਕ ਕਹਾਣੀ ਸੀ Eid ਗਾਹ ਜ਼ਰੂਰ ਤੁਸੀਂ ਵੀ ਪੜ੍ਹੀ ਹੋਣੀ ਆ ਉਹ ਇਹਨਾਂ ਇਹਨਾਂ ਵੇਲਿਆਂ ਦੇ ਵਿੱਚ ਸਾਡੇ ਟੀਚਰ ਸਪੈਸ਼ਲ ਪੜ੍ਹਾਉਂਦੇ ਹੁੰਦੇ ਸੀ Eid ਕਿਉਂਕਿ Eid ਜਿਹੜੀ ਆ ਹੁਣ ਆਪਣੇ ਤਾਂ ਆਪ ਨੂੰ ਨਾ ਤਾਂ ਪਿੰਡਾਂ ਦੇ ਵਿੱਚ ਉਧਰ ਮੁਸਲਮ ਹੈਗੇ ਆ ਸਾਡੇ ਵਾਲੇ ਪਿੰਡਾਂ 'ਚ ਮਲੇਰ ਕੋਟਲਾ ਵਾਲੇ ਪਾਸੇ ਹੈ ਜਾਂ ਸ਼ਹਿਰਾਂ ਦੇ ਵਿੱਚ ਉਹ ਮਨਾਉਂਦੇ ਆ ਹੁਣ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਹ Eid ਕੀ ਆ ਕਿੱਦਾਂ ਮਨਾਉਂਦੇ ਆ ਪਰ ਉਸ ਵੇਲੇ ਸਾਡੇ ਟੀਚਰ ਨੇ ਗਾਣਾ ਵੀ ਚਲੋ Eid ਗਾਹ ਜਿਹੜੀ ਪੜ੍ਹ ਲਓ ਹਿੰਦੀ ਦੇ ਬਹੁਤ ਤਕੜੇ ਯਾਨੀ ਕਹਿ ਲਓ ਵੇ ਪਹਿਲੀ ਲੇਖਕ ਸੀ मुंशी प्रेमचंद ਜੀ ਉਹਨਾਂ ਦੀ ਕਹਾਣੀ ਸੀ ਉਹਦੇ ਵਿੱਚ ਦੇਖੋ ਹਿੰਦੂ ਆ ਮੁਨਸੀ ਪ੍ਰੇਮ ਜੀ ਹਿੰਦੂ ਆ ਪਰ ਉਹਨੇ ਇੰਨਾ ਵਧੀਆ ਵਰਨਣ ਕੀਤਾ ਉਹਦਾ ਈਦ ਦਾ ਵੀ ਈਦ ਦੇ ਵਿੱਚ ਨਵੇਂ ਕੱਪੜੇ ਸਮਾਏ ਜਾਂਦੇ ਆ ਬੱਚਿਆਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਹੁੰਦਾ ਕਿ ਮੈਨੂੰ ਇੰਨੇ ਪੈਸੇ ਮਿਲਣੇ ਆ ਮੈਂ ਇੰਨੇ ਖਰਚ ਕੇ ਆਉਣੇ ਆ ਇਦਾਂ ਹੁੰਦਾ ਹਨ ਕਿਉਂਕਿ ਇਦਾਂ ਦਾ ਕ੍ਰੇਜ਼ ਅਸੀਂ ਉਹ ਦੇਖਿਆ ਜਦੋਂ ਲੋਹੜੀ ਦੇ ਪੈਸੇ ਜਿਹੜੇ ਆ ਲੋਹੜੀ 'ਚ ਆਪਾਂ ਮੰਗਦੇ ਹੁੰਦੇ ਸੀ ਲੋਹੜੀ 'ਚ ਪੈਸੇ ਇਕੱਠੇ ਹੁੰਦੇ ਸੀ ਤੇ ਸਵੇਰ ਨੂੰ ਮੰਗ ਹੀ ਹੁੰਦੀ ਸੀ ਲੋਹੜੀ ਤੋਂ ਬਿਲਕੁਲ ਦੂਜੇ ਦਿਨ ਤੇ ਦੂਜੇ ਦਿਨ ਅਸੀਂ ਉਹ ਖਰਚ ਕਰਕੇ ਆਉਣੇ ਬੜਾ ਉਤਸ਼ਾਹ ਹੋਣਾ ਬਿਲਕੁਲ ਅਸੀਂ ਇਹ ਵੀ ਸੋਚਣਾ ਜਿੱਦਾਂ ਸਾਡੇ ਮੰਗ ਕਿ ਨਾ ਚਾਵਦੀ ਜੀ ਪਰ ਇੱਕ ਜਿਹੜਾ ਉਹ ਉਹ ਵਰਣਨ ਦੇਖੋ ਕਿ ਇੱਕ Hindu ਜਿਹੜਾ ਕਰਦਾ ਉਹ ਖੂਬਸੂਰਤੀ ਕਿੰਨੀ ਨਾਲ ਹੈ ਜਿਹੜਾ ਜਿਹਨੂੰ ਉਹਦਾ ਸ਼ਾਇਦ ਪਤਾ ਹੋਵੇ ਨਾ ਹੋਵੇ ਜੀ ਪਰ ਅੱਜ ਦਾ ਜਿਹੜਾ ਜ਼ਮਾਨਾ ਆ ਗਿਆ ਉਹਦੇ ਵਿੱਚ ਤੁਸੀਂ ਦੇਖ ਲਓ ਵੀ ਦੋ ਚਾਰ ਬੰਦੇ ਇਦਾਂ ਦਾ ਫਲੂਹਾ ਸੈੱਟਦੇ ਆ ਵੀ ਉਹਦੇ ਉੱਤੇ ਘਹਿ ਤਾਂ ਉਹ ਦੋ ਚਾਰ ਬੰਦੇ ਜੇ ਆਪਾਂ ਕਹਦੇ ਹਾਂ ਉਹਨਾਂ ਦੀ ਗੱਲ ਸੀ ਪਰ ਦੂਜੇ ਪਾਸੇ ਉਹਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਵੀ ਸ਼ਾਇਦ ਇੱਥੇ ਸਮੁਦਾਇਆਂ ਦੀ ਆਪਸ ਵਿੱਚ ਲੜਾਈ ਹੋ ਗਈ। ਇਹ ਸਾਡੇ ਪੰਜਾਬੀਆਂ ਨੂੰ ਮੈਂ ਵੈਸੇ ਸਲਾਮ ਕਰਦਾ ਉਹਨਾਂ ਨੂੰ ਇਹ ਕਹਿੰਦਾ ਵੀ ਬੜਾ ਸਾਡੇ ਵਿੱਚ ਨਿੱਤਕ ਪੱਦਰ ਇਹ ਹਾਈਐਸਟ ਇੱਕ ਮਿਸਾਲ ਪੈਦਾ ਕੀਤੀ ਆ ਪੰਜਾਬੀਆਂ ਨੇ। ਜੀ ਮਿੱਤਰਤਾ ਦੀ ਭਾਵਨਾ ਦੀ ਵੀ ਪਿਆਰ ਦੀ ਸਤਕਾਰ ਦੀ ਭਾਈਚਾਰੇ ਦੀ ਕਿ ਜਿਹਦੇ ਵਿੱਚ ਲੋਕਾਂ ਨੇ ਜਿਸ ਤਰੀਕੇ ਨਾਲ ਫਲੂਹਾ ਸਟੇ ਕੁਝ ਵੀ ਹੋ ਸਕਦਾ ਪਹਿਲਾਂ ਇਦਾਂ ਹੀ ਹੁੰਦੀ ਸੀ 1947 ਦੀ ਅਸੀਂ ਗੱਲ ਲੈ ਲਈਏ ਜਾਂ ਉਸ ਤੋਂ ਬਾਅਦ ਵਿੱਚ ਇੱਕਾ ਦੋਕਾ ਘਟਨਾਵਾਂ ਦੀ ਆਪਾਂ ਗੱਲ ਲਈਏ ਖਾਸ ਤੌਰ ਤੇ ਪੰਜਾਬ ਦੇ ਵਿੱਚ ਪਰ ਬਹੁਤ ਸਾਰੇ ਇਲਾਕੇ ਇੰਡੀਆ ਦੇ ਵਿੱਚ ਇਦਾਂ ਦੇ ਸੀ ਜਹਾਗੀਰਪ uri ਦੀ ਆਪਾਂ ਗੱਲ ਲਈਏ ਰਾਜਸਥਾਨ ਦੇ ਵਿੱਚ ਹੋਈ ਆ ਘਟਨਾ ਉੱਤਰ ਪ੍ਰਦੇਸ਼ ਦੇ ਵਿੱਚ ਘਟਨਾਵਾਂ ਜਿਹੜੀਆਂ ਹੋਈਆਂ ਜਿਹਦੇ ਕਰਕੇ ਕਿ ਈਦ ਮਨਾਉਣ ਦੇ ਲਈ ਵੀ ਇੰਡੀਆ ਦੇ ਵਿੱਚ 144 ਧਾਰਾ ਲਾਉਣੀ ਪਈ ਬਿਲਕੁਲ ਕਾਰਫੂ ਰੱਖਣਾ ਪਿਆ ਬਿਲਕੁਲ ਦਲਜੀਤ ਜੀ ਸ਼ੁਰੂਆਤ ਤਾਂ ਇੱਕ ਤੀ ਲੀਤੋਂ ਹੁੰਦੀ ਆ ਤੇ ਅੱਗ ਕਿੰਨੀ ਦੂਰ ਤੱਕ ਫੈਲਦੀ ਆ ਉਹ ਜਿਹੜੀ ਇਹ ਮੇਰੇ ਖਿਆਲ ਸਿਆਸੀ ਖੇਡਾਂ ਸਮੇਂ-ਸਮੇਂ ਤੇ ਖੇਡੀਆਂ ਜਾਂਦੀਆਂ ਤੇ ਜਿੱਦਾਂ ਤੁਸੀਂ ਬਿਆਨ ਕੀਤਾ ਕਿ ਜਿਹੜੀ ਕਿੰਨੀ ਖੂਬਸੂਰਤ ਇਹੀ ਮੇਰੇ ਖਿਆਲ ਸਾਡੇ ਪੰਜਾਬ ਦੀ ਖੂਬਸੂਰਤੀ ਹੈ ਕਿ ਇੱਕ ਜਿਹੜਾ ਤਿਉਹਾਰ ਹੁੰਦਾ ਹੈ ਉਥੇ ਜਿਹੜਾ ਜਿਵੇਂ ਸਾਂਝੀ ਵਾਲਤਾ ਦਾ ਜਿਹੜਾ ਪ੍ਰਤੀਕ ਆ ਸਾਡੇ ਬਾਬੇ ਨਾਨਕ ਦਾ ਸੰਦੇਸ਼ ਆ ਉਹ ਹਰ ਤਿਉਹਾਰ ਨੂੰ ਅਸੀਂ ਸਾਂਝੇ ਤੌਰ ਤੇ ਮਨਾਉਂਦੇ ਆ ਦਸਾਲਾ ਸਾਹਿਬ ਇੱਥੇ ਭਗਵੰਤ ਮਾਨ ਸਾਹਿਬ ਹੋਣਾ ਤਾਂ ਜਿਹੜਾ ਬਿਆਨ ਆਇਆ ਉਸ ਚੀਜ਼ ਨੂੰ ਜ਼ਰੂਰ ਕੋਟ ਕਰਨਾ ਚਾਹੂੰਗਾ ਜਿੱਦਾਂ ਦਲਜੀਤ ਭਾਈ ਨੇ ਦੱਸਿਆ ਕਿ ਪੰਜਾਬ ਦੀ ਖੂਬਸੂਰਤੀ ਆ ਕੋਸ਼ਿਸ਼ ਕੀਤੀ ਗਈ ਇੱਕ ਸਿਆਸੀ ਖੇਡ ਖੇਡਣ ਦੀ ਇੱਕ ਤਿੱਲੀ ਲਾਉਣ ਦੀ ਇੱਕ ਭਾਈਚਾਰੇ ਨੂੰ ਜਾਂ ਦੋ ਭਾਈਚਾਰਿਆਂ ਦੇ ਆਪਸ ਵਿੱਚ ਤੇ ਵਿੱਚ ਲੜਾਈ ਕਰਾਉਣ ਦੀ ਪਰ ਉਹਦੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਕਿਹਾ ਕਿ ਜਿਹੜੀ ਪੰਜਾਬ ਦੀ ਉਪਜਾਊ ਧਰਤੀ ਆ ਇਹਦੇ ਵਿੱਚ ਨਫ਼ਰਤ ਦੇ ਬੀਜ ਨਹੀਂ ਬੀਜੇ ਜਾ ਸਕਦੇ ਬਿਲਕੁਲ ਦੇਵ ਜੀ ਦੋਖਸ਼ਾਪਨਾ ਦੇ ਵਿੱਚ ਮੈਂ ਇਸ ਵਿਸ਼ੇ ਨੂੰ ਸੰਪੂਰਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਵੈਸੇ ਦਲਜੀਤ ਜੀ ਨੇ ਕਾਫੀ ਜ਼ਿਆਦਾ ਡਿਟੇਲ ਦੇ ਵਿੱਚ ਇਹਦੇ ਬਾਰੇ ਆਪਣੀ ਰਾਏ ਦਿੱਤੀ ਆ ਹੂੰ ਦੇਖੋ ਜੇ ਸਿੱਧੇ ਆਪਾਂ ਮਾਨ ਸਾਹਿਬ ਉਹਨਾਂ ਦੀ ਸੀਐਮ ਦੀ ਟਿੱਪਣੀ ਦੇ ਉੱਪਰ ਜਾਈਏ ਜੀ ਪਹਿਲੀ ਗੱਲ ਤਾਂ ਇਹ ਸ਼ਾਬਾਸ਼ ਬਣਦੀ ਆ ਕਿ ਉਹਨਾਂ ਨੇ ਨਾਜ਼ੁਕ ਸਮੇਂ ਦੇ ਉੱਪਰ ਇਹ ਵਾਲੀ ਟਿੱਪਣੀ ਦੇ ਕੇ ਥੋੜਾ ਜਿਹਾ जखਮਾਂ ਤੇ ਲੂਣ ਤਾਂ ਅਲਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਆ ਜਿਹੜਾ ਕਿ ਸੀਐਮ ਤੋਂ ਇੱਕ ਤਵਕਕੋ ਵੀ ਕੀਤੀ ਜਾ ਸਕਦੀ ਸੂਬੇ ਦਾ ਹੋ ਕਹਿ ਲੋ ਕਿ ਮੁਖੀਆ ਹੁੰਦਾ ਜੀ ਹੁਣ ਰਹੀ ਗੱਲ ਕਿ ਇਸ ਤਰ੍ਹਾਂ ਦਾ ਮੰਦਰ ਬਣਦਾ ਕਿਵੇਂ ਆ ਹੂੰ ਦੇਖੋ ਆ ਜਿੱਦਾਂ ਜਿੱਦਾਂ ਤੁਹਾਡੇ ਅਗਲੇ ਸਵਾਲ ਵੀ ਆਉਂਦੇ ਜਾਣਗੇ ਨਾ ਉਹਦੇ ਵਿੱਚ ਆਪਾਂ ਜ਼ਿਆਦਾ ਖੋਲਣ ਦੀ ਕੋਸ਼ਿਸ਼ ਕਰਾਂਗੇ ਮੈਂ ਸਿਰਫ ਇਹ ਪੰਜਾਬ ਦੇ ਉੱਪਰ ਹੀ ਉੱਥੇ ਸੰਦਰਭ ਦੇ ਵਿੱਚ ਰਹਿਣਾ ਹੈ ਜੀ ਇਹ ਵੈਸੇ ਭਾਰਤ ਦੇ ਵਿੱਚ ਇੱਕ ਨਵੀਂ ਪ੍ਰਤ ਹੈ ਨਹੀਂ ਹਮ ਪਰ ਜੇ ਬਹੁਤੇ ਪਿਛਲੇ ਸਾਲ ਛੱਡ ਕੇ ਆਪਾਂ 2016 ਤੋਂ ਸ਼ੁਰੂ ਕਰੀਏ 2016 ਤੋਂ ਹੁਣ ਤੁਸੀਂ ਸਮਝ ਗਏ ਹੋਵਗੇ ਕਿ ਕਿਹੜੀ ਸਰਕਾਰ ਸੀ ਸਾਡੇ ਕੋਲ ਮੈਂ ਚਲੋ ਨਾਮ ਨਹੀਂ ਲੈਂਦਾ ਹੈਗਾ ਉਦੋਂ ਇਸ ਪ੍ਰਤ ਨੇ ਜ਼ਿਆਦਾ ਜਨਮ ਲਿਆ ਜੀ ਇਹ ਕਲਾ ਭਾਰਤ ਦੇ ਵਿੱਚ ਜਨਮ ਨਹੀਂ ਲਿਆ ਸੀਗਾ ਇਹ ਜਨਮ ਉੱਧਰ ਅਮਰੀਕਾ ਵਾਲੇ ਮੁਲਕ ਵਿੱਚ ਵੀ ਪਿਆ ਉਹ ਕੋਸ਼ਿਸ਼ ਕਰਾਂਗੇ ਜਦੋਂ ਆਪਾਂ ਅੰਤਰਰਾਸ਼ਟਰੀ মিডিਆ ਦੇ ਵਿੱਚ ਬਿਆਨ ਕਰਾਂਗੇ ਟਿੱਪਣੀਆਂ ਕਰਾਂਗੇ ਉਹਦੇ ਵਿੱਚ ਜ਼ਿਆਦਾ ਖੁੱਲ ਕੇ ਇਹਦੇ ਬਾਰੇ ਬੋਲਾਂਗੇ ਜੀ ਸੋ ਘੱਟ ਗਿਣਤੀਆਂ ਦੀ ਜਿਹੜੀ ਤਰਾਸਦੀ ਬਣਦੀ ਜਾ ਰਹੀ ਆ ਤਕਰੀਬਨ ਪਿਛਲੇ 7-8 ਸਾਲ ਤੋਂ ਬਣਦੀ ਜਾ ਰਹੀ ਆ ਜਦੋਂ ਵੀ ਕੋਈ ਸਟੇਟ ਨੇ ਸਟੇਟ ਦਾ ਮਤਲਬ ਸੂਬਾ ਨਹੀਂ ਮੈਂ ਕਹਿ ਰਿਹਾ ਮੈਂ ਕੇਂਦਰ ਦੇ ਉੱਪਰ ਇਸ਼ਾਰਾ ਕਰ ਰਿਹਾ ਜਦੋਂ ਵੀ ਕੋਈ ਉਹਨਾਂ ਨੇ ਆਪਣੀ ਰਣਨੀਤੀ ਜਾਂ ਕੋਈ ਸਟ੍ਰੈਟਜੀ ਹੂੰ ਸੂਬਿਆਂ ਦੇ ਉੱਪਰ ਥੋਪਣਾ ਹੁੰਦਾ ਚੁੱਪਚੀ ਪੀਤੀ ਤਾਂ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਅਕਸਰ ਕੀਤੀਆਂ ਜਾਂਦੀਆਂ ਜੀ ਇਹ ਪਹਿਲਾਂ ਵੀ ਹੁੰਦੀਆਂ ਸੀਗੀਆਂ ਹੁਣ ਵੀ ਹੋ ਰਹੀਆਂ ਆ ਤੇ ਗਾਂ ਵੀ ਹੋਣ ਗਈਆਂ ਕਿਉਂਕਿ 2024 ਵੀ ਸਾਡੇ ਬਿਲਕੁਲ ਅਬੂਗਰਾਂ ਤੇ ਖੜਾ ਆ ਜੀ ਇਹ ਸੂਬਾ ਸਰਕਾਰ ਨੂੰ ਜਾਂ ਉੱਥੇ ਦੀ ਲਕਾਈ ਨੂੰ ਸੋਚਣਾ ਪਵੇਗਾ ਕਿ ਅਸੀਂ ਇਹ ਦੇ ਇਸ ਸਟ੍ਰੈਪ ਦੇ ਵਿੱਚ ਫਸਣਾ ਹੈ ਕਿ ਨਹੀਂ ਫਸਣਾ ਪਰ ਇੱਥੇ ਪੰਜਾਬ ਦੇ ਲੋਕਾਂ ਦੀ ਮੈਂ ਸ਼ਾਬਾਸ਼ ਦੇਣੀ ਮਰਦਾ ਆ ਹੂੰ ਇੱਕ ਪਾਸੇ ਪੂਰਾ ਭਾਰਤ ਰੱਖ ਲਓ ਜਿੱਥੇ ਹਜੇ ਵੀ ਇਹ ਰੁਝਾਨ ਚੱਲਦਾ ਆ ਰਿਹਾ ਮੈਂ ਹੁਣ ਅਗਰ ਪੂਰੇ ਭਾਰਤ ਦੇ ਵਿੱਚ ਉਹ ਵਾਲੀ ਉਧਾਰਨਾ ਚੱਕਰ ਦਾ ਕੰਮ ਲੰਮਾ ਹੋ ਜਾਏਗਾ ਟਿੱਪਣੀਆਂ ਲੰਮੀਆਂ ਹੋ ਜਾਣਗੀਆਂ ਪੰਜਾਬ ਇੱਕ ਅਜਿਹਾ ਸੂਬਾ ਆ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਇੱਕ ਉਦਾਹਰਨ ਬਣਦਾ ਕਿ ਇੱਥੇ ਜਿਹੜਾ ਵਕ ਵਕ ਕੌਮਾਂ ਦੇ ਲੋਕਾਈ ਰਹਿੰਦੀ ਆ ਉਹ ਇਸੀ ਨੂੰ ਸਮਝਦੀ ਔਰ ਆਪਣੇ ਦੇ ਕਦੀ ਭਾਰੂ ਨਹੀਂ ਹੋਣ ਦਿੰਦੀ ਔਰ ਇਹਦੀ ਤਾਜ਼ਾ ਮਿਸਾਲ ਤੁਸੀਂ ਦੇਖ ਸਕਦੇ ਆ ਕਿ ਉਹ ਮੰਦਰ ਵਾਲੀ ਜਿਹੜੀ ਘਟਨਾ ਹੋਈ ਆ ਹਮ ਅਜ ਉਹ ਠਾਪੋ ਕੇ ਬੈਠ ਗਈ ਆ ਕਿਉਂਕਿ ਲੋਕਾਂ ਨੇ ਸਮਝੇ ਕਿ ਨਹੀਂ ਇਹ ਤਾਂ ਇਹਨਾਂ ਦੀ ਆਪਣੀ ਇੱਕ ਸਿਆਸੀ ਰੰਜਿਸ਼ ਕਹਿ ਲਓ ਜਾਂ ਕਹਿ ਲਓ ਕਿ ਇੱਕ ਸਿਆਸੀ ਬੇਲ ਭਾਲਣ ਦੀ ਇੱਕ ਕੋਸ਼ਿਸ਼ ਚੱਲ ਰਹੀ ਸੀ ਜੀ ਸੋ ਆ ਸ਼ਾਬਾਸ਼ ਆ ਪੰਜਾਬ ਸਰਕਾਰ ਦੇ ਵੀ ਸੀਐਮ ਦੇ ਅੱਛਾ ਦਿਲਜੀਤ ਜੀ ਜਿੱਦਾਂ ਲਸਾੜਾ ਭਾਈ ਨੇ ਕਿਹਾ ਕਿ ਜੋ ਗੱਲਬਾਤ ਜਿਵੇਂ ਸਿਆਸੀ ਤੌਰ ਤੇ ਚੱਲਦੀ ਆ ਭਾਰਤ ਨੂੰ ਆਜ਼ਾਦ ਹੋਇਆ ਬਹੁਤ ਸਾਰੇ ਸਾਲ ਹੋ ਗਏ ਪਾ ਪੋਲਿਟਿਕਸ ਜਾਂ ਰਾਜਨੀਤੀ ਆਪਣੇ ਦੇਸ਼ 'ਚ ਉਦੋਂ ਦੀ ਭਾਰੂ ਆ ਜਾਂ ਪਰ ਅਚਾਨਕ ਜਿੱਦਾਂ ਲਸਾੜਾ ਸਾਹਿਬ ਨੇ ਕਿਹਾ ਕਿ ਪਿਛਲੇ ਕੁਝ ਕੁ ਸਾਲਾਂ 'ਚ ਇਹ ਚੀਜ਼ ਹਾਵੀ ਹੁੰਦੀ ਆਈ ਤੁਹਾਨੂੰ ਇਹਦੇ ਕਾਰਨ ਕੀ ਲੱਗਦੇ ਕਿ ਪਿਛਲੇ ਸਾਲਾਂ 'ਚ ਅਚਾਨਕ ਚਾਹੇ ਸਰਕਾਰਾਂ ਵੱਲੋਂ ਜਾਂ ਇਦਾਂ ਦੀਆਂ ਸਟ੍ਰੈਟਜੀਜ਼ ਅਪਣਾਉਣ ਦੀ ਲੋੜ ਕੀ ਪੈ ਗਈ ਨਹੀਂ ਦੇਖੋ ਇਹ ਇਹ ਜੇ ਕਹੀਏ ਵੀ ਹੋਣ ਹੀ ਹੋਇਆ ਇਦਾਂ ਨਹੀਂ ਹੋਇਆ ਅਸਲ ਦੇ ਵਿੱਚ ਇਹ ਲਗਾਤਾਰ ਪ੍ਰੋਪੋਗੈਂਡਾ ਚੱਲਦਾ ਰਿਹਾ ਪਹਿਲਾਂ ਕਾਂਗਰਸ ਸਰਕਾਰ ਦੀ ਵੀ ਗੱਲ ਦੇਖ ਲਓ ਜੀ ਇਸ ਵੇਲੇ ਇਹ ਕਿਹਾ ਜਾਂਦਾ ਕਿ ਸ਼ੈਪਸਨਾ ਦੇ ਜਿਹੜੇ ਸੈਨਿਕ ਆ ਉਹਨਾਂ ਦੇ ਪਿੱਛੇ ਭੀਜੇ ਪੀ ਗਵਰਨਮੈਂਟ ਆ ਉਹ ਕਰਵਾਉਂਦੀ ਆ ਜੀ ਇਹੀ ਜਿਹੜਾ ਇੱਕ ਕੰਟੈਕਸਟ ਬਣਦਾ ਸੀ ਜਦੋਂ ਕਾਂਗਰਸੀ ਸਰਕਾਰ ਸੀ ਇਹ ਇਹਦੇ ਪ੍ਰੂਫ ਵੀ ਬਹੁਤ ਸਾਰੇ ਬਿਊਰੋਕਰੈਟਸ ਨੇ ਇਹਦੇ ਉੱਤੇ ਲਿਖਿਆ ਵੀ ਆ ਵੀ ਅਸੀਂ ਬਹੁਤ ਸਾਰੇ ਇਦਾਂ ਦੇ ਬੰਦੇ ਫੜਦੇ ਹੁੰਦੇ ਸੀ ਜਿਹੜੇ ਕੋਈ ਫਲੂਹੇ ਸੱਟਦੇ ਹੁੰਦੇ ਸੀ ਮਗਰ ਇਹ ਸਾਨੂੰ ਫੋਨ ਆ ਜਾਂਦਾ 1984 'ਚ ਵੀ ਇਹੀ ਕੁਝ ਹੋਇਆ ਸੀ ਬਿਲਕੁਲ ਬਹੁਤ ਵੱ ਬਦੇ ਤੱਕ ਨਹੀਂ ਲਿਆ ਸਾਡੇ ਬਿਲਕੁਲ ਨਹੀਂ ਉਹਦਾ ਇੱਕ ਬਹੁਤ ਵੱਡਾ ਕਦਰ ਹੈ ਆ ਮੈਂ ਉਹ ਤਾਂ ਉਹ ਤਾਂ ਹੈ ਹੀ ਆ ਪਰ ਜਿਹੜੀਆਂ ਇਕਾਂ ਦੁਕਾਂ ਘਟਨਾਵਾਂ ਵੀ ਹੋਈਆਂ ਉਹਦੇ ਵਿੱਚ ਵੀ ਉਹ ਪੁਲਿਸ ਵਾਲੇ ਦੱਸਦੇ ਆ ਵੀ ਸਾਨੂੰ ਪਹਿਲੇ ਫੋਨ ਆ ਜਾਂਦਾ ਸੀ ਇਹਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਪਹਿਲੇ ਸਿਆਸੀ ਜਿਹੜੀ ਇੱਕ ਹੋ ਜਾਂਦਾ ਵੀ ਮੈਨੂੰ ਤੈ ਮਿਲ ਜਾਂਦੀ ਹੈ ਹੈਨਾ ਤੇ ਹੁਣ ਇਹਦੇ ਵਿੱਚ ਵੀ ਇਦਾਂ ਹੀ ਹੁੰਦਾ ਕਿ ਜਿਹੜੀ ਆਪਣੀ ਸਿਆਸੀ ਬਦਲਾਖੋਰੀ ਜਾਂ ਸਿਆਸੀ ਜਦੋਂ ਲੱਗਦਾ ਕਿ ਤੁਹਾਡੇ ਕੋਲ ਕੁਝ ਹੈ ਹੀ ਨਹੀਂ ਹੁਣ ਕਹਿਣ ਦੇ ਲਈ ਉਸ ਵੇਲੇ ਇਦਾਂ ਦਾ ਗੱਲ ਕਰ ਲੋ ਕਿ ਧਰਮ ਵਾਲਾ ਜਿਹੜਾ ਮੁੱਦਾ ਆ ਉਹ ਕਦੀ ਪੁਰਾਣਾ ਨਹੀਂ ਹੁੰਦਾ ਇਹ ਸਾਡਾ ਇੰਟਰਨਲ ਆ ਮੁੱਦਾ ਮੰਨ ਲਓ ਕਿ ਮੈਂ ਸੇਖਿਆ ਇਹ ਮੇਰਾ ਇੰਟਰਨਲ ਆ ਮੁੱਦਾ ਮੈਂ ਮੈਂ ਆਪਣੀ ਆਤਮਾ ਦੇ ਵਿੱਚ ਕਿਦਾਂ ਦਾ ਤੇ ਇਹਨੂੰ ਜਦੋਂ ਅਸੀਂ ਸੋਸ਼ੀਅਲੀ ਉੱਪਰ ਤੱਕ ਦੇਖਦੇ ਆ ਤੇ ਉਹ ਵੀ ਫਲਾਨਾ ਵੀ ਮੇਰੇ ਵਰਗਾ ਹੀ ਹੋਵੇ ਇਹ ਤਾਂ ਸਾਡੇ ਦੇਖੋ ਗੁਰੂ ਮਹਾਰਾਜ ਜੀ ਨੇ ਵੀ ਕਿਹਾ ਸਾਡੇ ਸੰਵਿਧਾਨ ਨੇ ਵੀ ਇਹੀ ਕਿਹਾ ਧਰਮ ਨਿਰਪੱਖਤਾ ਦਾ ਆਨੂੰ ਰਿਸਪੈਕਟ ਕਰਨੀ ਚਾਹੀਦੀ ਇੱਕ ਦੂਜੇ ਦੀ ਅਸੀਂ ਹਿਊਮਨ ਬੀਇੰਗਸ ਆ ਲੋਕਤੰਤ੍ਰਿਕ ਦੇਸ਼ ਆ ਲੋਕਾਂ ਦਾ ਜਿਹੜਾ ਇਹ ਦੇਸ਼ ਆ ਤੇ ਲੋਕਾਂ ਦੀ ਅਸੀਂ ਇੱਜ਼ਤ ਕਰਨੀ ਜਿਹੜੀ ਆ ਉਹ ਸਿੱਖਣੀ ਚਾਹੀਦੀ ਆ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਜਿਹੜਾ ਸਾਡਾ ਧਰਮ ਆ ਜਿਹੜਾ ਮੇਰਾ ਧਰਮ ਆ ਉਹ ਮੇਰਾ ਪਰਸਨਲ ਮੁੱਦਾ ਤੇ ਬਿਲਕੁਲ ਇੱਥੇ ਰਾਜਨੀਤੀ ਬਹੁਤ ਵਾਰ ਕੀਤੀ ਗਈ ਤੀਲੀਆਂ ਬਹੁਤ ਵਾਰ ਲਾਈਆਂ ਗਈਆਂ ਪਰ ਫਿਰ ਤੋਂ ਸलाम ਕਰਨੀ ਬੰਦੀ ਆ ਭਾਰਤ ਦੇ ਵਾਸੀਆਂ ਨੂੰ ਜਾਂ ਪੰਜਾਬ ਦੇ ਵਾਸੀਆਂ ਨੂੰ ਜਿਨ੍ਹਾਂ ਨੇ ਇਸ ਤੀਲੀ ਨੂੰ ਅੱਗੇ ਅੱਗ ਜਾਂ ਜੰਗਲ ਦੀ ਅੱਗ ਬਣਨ ਨਹੀਂ ਦਿੱਤਾ ਤੇ ਜਿੱਦਾਂ ਆਪਾਂ ਗੱਲ ਕੀਤੀ ਕਿ ਈਦ ਦੇ ਮੌਕੇ ਤੇ ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆਈਆਂ ਤੇ ਪਟਿਆਲੇ ਤੋਂ ਬਾਅਦ ਉਹ ਤਿੰਨਾਂ ਦਿਨਾਂ ਬਾਅਦ ਹੱਸਦਾ ਵਸਦਾ ਪੰਜਾਬ ਜਿਹੜਾ ਆ ਉਹ ਬਹੁਤ ਚੰਗਾ ਲੱਗਾ। ਅ ਨਸਾੜਾ ਸਭ ਮੈਂ ਤੁਹਾਡੇ ਵੱਲ ਵਾਪਸ ਆਵਾਂ ਤਾਂ ਤੁਸੀਂ ਅੰਤਰਰਾਸ਼ਟਰੀ মিডিਆ ਦਿਵਸ ਦੀ ਗੱਲ ਕੀਤੀ। ਉਹ ਹਾਲ ਦੇ ਵਿੱਚ ਹੀ ਮਨਾਇਆ ਗਿਆ ਜਦੋਂ মিডিਆ ਦਾ ਐਡੇ ਵੱਡੇ ਪੱਧਰ ਤੇ ਮਨਾਇਆ ਜਾਣਾ। ਉਦੋਂ ਮੈਂ ਭਾਰਤੀ মিডিਆ ਦੀ ਗੱਲ ਕਰਨੀ ਚਾਹੂੰਗਾ ਕਿ ਭਾਰਤੀ মিডিਆ ਜਿਹੜਾ ਸਾਡਾ ਜਿੰਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਭਾਰਤ ਦੇ ਵਿੱਚ ਉਹ ਅੱਜ ਕਿੱਥੇ ਖੜਾ ਹੈ? ਜੀ ਬਿਲਕੁਲ ਜੀ। ਵੈਸੇ ਤੁਸੀਂ ਬਹੁਤ ਠੋਕੇ ਕਿਹਾ ਕਿ ਭਾਰਤ ਦੇ ਵਿੱਚ মিডিਆ ਲੋਕਤੰਤਰ ਦਾ ਚੌਥਾ ਥੰਮ ਹੈ ਮੰਨਿਆ ਜਾਂਦਾ ਸੀ ਜਾਂ ਹੈ ਇਹ ਤੁਸੀਂ ਦੱਸੋਗੇ ਹੁਣ ਜੀ ਬਿਲਕੁਲ ਜੀ ਪਰ ਮੇਰੇ ਖਿਆਲ ਇਹ ਥੰਮ ਨੂੰ ਬਹੁਤ ਜ਼ਿਆਦਾ ਹੁਣ ਖੋਰਾ ਲੱਗ ਚੁੱਕਾ ਹੈ ਹਮ ਇਹਦੇ ਕਾਰਨ ਵੀ ਆਪਾਂ ਜ਼ਰੂਰ ਟਿੱਪਣੀਆਂ ਦੇ ਵਿੱਚ ਨਸ਼ਰ ਕਰਦੇ ਚੱਲਾਂਗੇ ਜੀ ਸੋ ਸਵਾਲ ਤੁਸੀਂ ਵੈਸੇ ਆਪਣੇ ਵੱਲੋਂ ਤਾਂ ਬਹੁਤ ਛੋਟਾ ਜਿਹਾ ਬਣਾ ਕੇ ਕੀਤਾ ਪਰ ਜੇ ਇਹਦੀ ਤਹਿ ਤੇ ਫੇ ਜਾਣਾ ਹੋਵੇ ਤਾਂ ਨਾ ਇਹਨੂੰ ਫਿਰ ਬਹੁਤ ਜ਼ਿਆਦਾ ਖੋਲਣਾ ਪੈਣਾ ਹੈ ਤੇ ਕੋਸ਼ਿਸ਼ ਕਰਦੇ ਹਾਂ ਇਹਨਾਂ ਨੂੰ ਖੋਲਣ ਦੇ ਲਈ ਜੀ ਦੇਖੋ ਜੇ ਕਿ ਚਲਾਉ ਜੀ ਆਪਾਂ ਗੱਲ ਕਰੀਏ ਹਰੇਕ ਦੀ ਜਵਾਨ ਤੋਂ ਜੇ ਗੱਲ ਅੱਜ ਚੱਕਣੀ ਹੋਵੇ ਕਿ ਭਾਰਤੀ মিডিਆ ਦਾ ਕੀ ਰੁਤਬਾ ਕੀ ਰਹਿ ਗਿਆ ਜਾਂ ਉਹਦਾ ਸਟੇਟਸ ਹੈ ਕੀ ਆ ਉਹ ਕਿੱਥੇ ਇੱਕ ਸਟੈਂਡ ਕਰਦਾ ਹੈ ਤਾਂ ਹਰੇਕ ਦੇ ਮੂੰਹ ਚ ਇਹ ਨਿਕਲ ਜਾਂਦਾ ਕਿ ਨਹੀਂ ਹੁਣ ਉਹ ਗੱਲ ਨਹੀਂ ਰਹੀ ਹੈਗੀ ਕਿ ਬਕਾਊ ਹੋ ਗਿਆ ਇਹ ਸ਼ਬਦ ਵਰਤ ਲਿਆ ਜਾਂਦਾ ਹੈ ਜਾਂ ਸਾਡੇ ਜਿਹੜੇ মিডিਆ ਹਾਊਸ ਆ ਉਹ ਕਾਰਪੋਰੇਟਾਂ ਦੇ ਕਹ ਲਓ ਕਿ ਤਲਵੇ ਛੱਟਦੇ ਆ ਇਹ ਸ਼ਬਦ ਵਰਤ ਲਿਆ ਜਾਂਦਾ ਮੈਂ ਯਕੀਨਨ ਉਹੀ ਸ਼ਬਦ ਵਰਤਾਂ ਜਿਹੜੇ ਸਾਡੇ ਜਵਾਨਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਨਿਕਲ ਕੇ ਚੱਲਦੇ ਆ ਜੀ ਕਿ ਜਾ ਕੇ ਲੋਕ ਇਹ ਜੀ ਬਕਾਊ ਹੋ ਗਿਆ ਦੇਖੋ ਇਹਨੂੰ ਜੇ ਮੀਡੀਆ ਦੀ ਲੈਂਗੁਏਜ ਦੇ ਵਿੱਚ ਸਮਝਣਾ ਹੋਵੇ ਕਿ ਇਹ ਸਾਰੀ ਜਿਹੜੀ ਨਾ ਜਿਹਨੂੰ ਅੰਗਰੇਜ਼ੀ ਚ ਪ੍ਰੋਸੈਸ ਕਰ ਦਿੰਦੇ ਆ ਉਹ ਕੀ ਆ ਦੇਖੋ ਇੱਕ ਟਰਮ ਹੁੰਦੀ ਹੈ ਇਨਪੁਟ ਇੱਕ ਹੁੰਦੀ ਹੈ ਬ੍ਰੌਡਕਾਸਟਿੰਗ ਤੇ ਇੱਕ ਹੁੰਦੀ ਹੈ ਆਪਣੇ ਕੋਲ ਉਹ ਚੀਜ਼ ਨੂੰ ਫਿਰ ਡਿਲੀਵਰ ਕਰਨਾ ਕੋਈ ਸਮਾਂ ਸੀਗਾ ਜਦੋਂ ਇਨਪੁਟ ਅਲੱਗ ਹੁੰਦੀ ਸੀ ਬ੍ਰਾਡਕਾਸਟਿੰਗ ਵਾਲੇ ਕੋਈ ਲੱਗ ਸੀਗੇ ਤੇ ਡਿਲੀਵਰੀਂਗ ਕਰਨ ਵਾਲੇ ਕੁਝ ਅਲੱਗ ਸੀਗੇ ਹਮ ਪਰ ਪੂਰੇ ਵਿਸ਼ੇ ਦੇ ਵਿੱਚ ਤੁਸੀਂ ਧਾਰਨਾ ਚੱਕ ਸਕਦੇ ਹੋ ਮੈਂ ਇਹਦੇ ਵਿੱਚ ਅਮਰੀਕਾ ਨੂੰ ਵੀ ਸ਼ਾਮਲ ਹੋਣ ਕਰਦਾ ਚੱਲਾਂਗਾ ਜਿਦਾ ਪਹਿਲਾਂ ਗੱਲ ਕੀਤੀ ਸੀ ਜਦੋਂ ਇਨਪੁਟ ਬ੍ਰਾਡਕਾਸਟਿੰਗ ਤੇ ਡਿਲੀਵਰੀਂਗ ਕਿਸੇ ਇੱਕ ਹੱਥ ਦੇ ਥੱਲੇ ਚੱਲ ਜਵੇ ਹਮ ਉਦੋਂ ਮੀਡੀਆ ਦਾ ਕਾਣ ਹੁੰਦਾ ਹੈ ਉਦੋਂ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੁੰਦਾ ਤੇ ਉਹੀ ਹਾਲਾਤ ਅੱਜ ਭਾਰਤ ਦੇ ਨੇ ਤੇ ਮੈਂ ਜਲਦੀ ਨਾਲ ਦੱਸਦਾ ਚੱਲਦਾ ਕਿ ਦੇਖੋ 180 ਦੇਸ਼ਾਂ ਦੀ ਇਹ ਕਹਿੰਦੇ ਜੀ ਲਿਸਟ ਬਣੀ ਹੋਈ ਆ तकरीबन ਤੇ ਉਹਦੇ ਵਿੱਚੋਂ ਅ ਵੈਸੇ ਤਾਂ ਹੁੰਦਾ ਕਿ ਅਸੀਂ ਜੀ ਵੱਡਾ ਸਥਾਨ ਪ੍ਰਾਪਤ ਕਰਨਾ ਪਰ ਇਹਦੇ ਵਿੱਚ ਜਿਹੜਾ ਆਪਾਂ ਵੱਡਾ ਸਥਾਨ ਪ੍ਰਾਪਤ ਕਰਨੇ ਉਹ ਨਾ ਲਕੀ ਸਾਥ ਤੋਂ ਹੋ ਜਾਂਦੀ ਆ ਇਸ ਵੇਲੇ ਭਾਰਤ ਨੂੰ 150ਵੇਂ ਸਥਾਨ ਦੇ ਉੱਪਰ ਰੱਖਿਆ ਗਿਆ ਜੀ ਤੇ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ 145ਵੇਂ ਤੇ ਸੀਗਾ 2016 ਦੇ ਵਿੱਚ ਇਹਦਾ 133ਵਾਂ ਸਥਾਨ ਸੀਗਾ ਯਾਨੀ ਕਿ ਅਜੇ ਤਰੱਕੀ ਕਰ ਰਹੇ ਆ ਮਤਲਬ ਪਰ ਇਹ ਪਰ ਇਹ ਤਰੱਕੀ ਸਾਡੇ ਹੱਕ 'ਚ ਨਹੀਂ ਜਾ ਰਹੀ ਹੈਗੀ ਤੁਹਾਡੀ ਆਵਾਮ ਦੇ ਹੱਕ 'ਚ ਨਹੀਂ ਜਾ ਰਹੀ ਸਾਡੀ ਸਰਕਾਰ ਦੇ ਹੱਕ 'ਚ ਨਹੀਂ ਜਾ ਰਹੀ ਕਿਉਂਕਿ 29 ਮੁਲਕ ਹੀ ਰਹਿ ਗਏ ਹੂੰ ਇਹ ਨਾ ਹੋਵੇ ਕਿ ਕਿਤੇ ਆਉਂਦੇ 24 ਤੱਕ ਜਾਂ 26 ਤੱਕ ਜਾਂ 28 ਤੱਕ ਅਸੀਂ ਉਹਨਾਂ ਨੂੰ ਪਾਰ ਕਰਕੇ ਉਸ ਜੇ ਬਾਕੀ ਆਵਾਂਗੇ ਅਵਲ ਵੀ ਆਵਾਂਗੇ ਥੱਲੇ ਵੀ ਆਈਏ ਜਿਸ ਤਰੀਕੇ ਨਾਲ ਗੱਲਬਾਤ ਚੱਲ ਰਹੀ ਆ ਅੱਛਾ ਹਾਦਰਜੀਤ ਜੀ ਜਿੱਦਾਂ ਲਸਾੜਾ ਸਾਹਿਬ ਨੇ ਕਿਹਾ মিডিਆ ਦੇ ਬਾਰੇ ਗੱਲਬਾਤ ਕੀਤੀ ਤੇ মিডিਆ ਨਾਲ ਇੱਕ ਹਾਲ ਦੇ ਵਿੱਚ ਇੱਕ ਸ਼ਬਦ ਬਹੁਤ ਜੋੜਿਆ ਜਾਂਦਾ ਜਿਹਨੂੰ ਗੋਦੀ মিডিਆ ਕਿਹਾ ਜਾਂਦਾ ਜਿੱਦਾਂ ਆਪਾਂ ਗੱਲ ਕੀਤੀ ਕਿ ਇਹਨੂੰ ਚੌਥਾ ਥੰਮ ਮੰਨਿਆ ਜਾਂਦਾ ਲੋਕਤੰਤਰਤਾ ਤੇ মিডিਆ ਨੂੰ ਇੱਕ ਫ੍ਰੀ ਹੈਂਡ ਦੇਣਾ ਜਾਂ মিডিਆ ਦੀ ਫ੍ਰੀडम ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਪਰ ਸਾਡੇ ਦੇਸ਼ ਦੇ ਵਿੱਚ মিডিਆ ਜਿੱਦਾਂ ਲਸਾੜਾ ਸਾਹਿਬ ਨੇ ਕਿਹਾ ਕਿ ਉਹਦੀ ਬਾਰੇ ਗੱਲ ਕੀਤੀ ਜਾਂਦੀ ਕਿ ਉਹ ਵਕਾਊ ਹੋ ਗਿਆ ਜਾਂ ਕਾਰਪੋਰੇਟ ਦਾ ਅਥੋ ਟੋਕਾ ਹੋ ਗਿਆ ਤੁਸੀਂ ਇਹ ਸਭ ਨੂੰ ਕਿੱਦਾਂ ਦੇਖਦੇ ਹੋ ਲੋਕਤੰਤਰ ਦਾ ਚੌਥਾ ਥੰਮ ਤੁਸੀਂ ਕਿਹਾ ਹੂੰ ਇਹ ਜੈ ਜੇ ਇਸ ਕਰਕੇ ਆ ਕਿ ਜੋ ਕੰਮ ਵਿਰੋਧੀ ਧਿਰ ਦਾ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਆ ਹੂੰ ਜਿਹੜੀਆਂ ਅਸੈਂਬਲੀ ਸ ਵਿਧਾਨ ਸਭਾਵਾਂ ਆ ਉਹਨਾਂ ਦੇ ਵਿੱਚ ਜੇ ਉਹ ਕੰਮ ਵਿਰੋਧੀ ਤਰ੍ਹਾਂ ਕਰਦੀਆਂ ਬਿਲਕੁਲ ਸਮਾਜ ਦੇ ਵਿੱਚ ਉਹੋ ਜਿਹਾ ਕੰਮ ਮੀਡੀਆ ਦਾ ਆ ਜੀ ਮੀਡੀਆ ਇੱਕ ਬਿਸਲ ਬਲੂਅਰ ਹੋਣਾ ਚਾਹੀਦਾ ਹੂੰ ਬਿਸਲ ਬਲੂਅਰ ਕੀ ਹੁੰਦਾ ਕਿ ਕਿਸੇ ਵੀ ਚੀਜ਼ ਨੂੰ ਕੋਈ ਗਲਤ ਹੁੰਦੀ ਆ ਬਸ ਅਲੋਅਰ ਸਿਟੀ ਭਜਾਣੀ ਕਿਸੇ ਨੂੰ ਜਾਗਰਤ ਕਰਨਾ ਚੌਂਕੀਦਾਰ ਨੇ ਕਹਿਣਾ ਜਾਗਦੇ ਰਹੋ ਆ ਚੀਜ਼ ਹੋ ਗਈ ਆ ਉਹਨੇ ਕੋਈ ਐਕਸ਼ਨ ਨਹੀਂ ਲੈਣਾ ਉਹਨੇ ਸਿਰਫ ਦੱਸਣਾ ਜਾਂ ਡਿਲੀਵਰੀ ਕਰਨੀ ਆ ਵੀ ਆ ਭਾਣਾ ਭਾਰਤ ਗਿਆ ਚੰਗਾ ਮਾੜਾ ਜਿਹੜਾ ਆ ਜੋ ਇਨਫੋਰਮੇਸ਼ਨ ਜਿੱਦਾਂ ਦੀ ਉਹਨੂੰ ਮਿਲਿਆ ਅੱਗੇ ਲੋਕਾਂ ਤੱਕ ਪਹੁੰਚਾਉਣੀ ਇਹ ਇੱਕ ਮੀਡੀਆ ਦਾ ਕੰਮ ਸੀ ਪਰ ਇਹ ਅਜੇ ਨਹੀਂ ਹੋਇਆ ਇਦਾਂ ਹੁਣ ਬਹੁਤ ਸਾਰੀਆਂ ਟਰਮ ਜਿੱਦਾਂ ਤੁਸੀਂ ਮੋਦੀ ਮੀਡੀਆ ਭਾਰਤ ਆ ਪੀਲੀ ਪੱਤਰਕਾਰੀ ਭਾਰਤੀ ਅਸਲ ਵਿੱਚ 1948 ਦੇ ਵਿੱਚ ਯੂਨੈਸਕੋ ਜਿਹੜਾ ਕਿ ਯੂਨਾਈਟਿਡ ਨੇਸ਼ਨਸ ਦਾ ਇੱਕ ਬਿੰਗ ਆ ਜਿਹੜਾ ਕਿ ਐਜੂਕੇਸ਼ਨ ਸਾਇੰਸ ਤੇ ਕਲਚਰ ਨੂੰ ਡੀਲ ਕਰਦਾ ਇਹ ਇਹ ਦੇ ਬੱਚਿਣਾ ਨੇ ਇੱਕ ਲੈ ਕੇ ਆਂਦਾ ਵੀ ਅਸੀਂ ਜਿਹੜਾ ਜਿਹੜੀ মিডিਆ ਆ ਇਹ ਹਿਊਮਨ ਰਾਈਟਸ ਦੀ ਗੱਲ ਜਦੋਂ ਕਰਦੇ ਸੀ ਵੀ ਹਿਊਮਨ ਰਾਈਟਸ ਨੂੰ ਜੇ ਅਸੀਂ ਬਰਕਰਾਰ ਰੱਖਣਾ ਹੈ ਉਹਨਾਂ ਨੂੰ ਲਾਗੂ ਕਰਨਾ ਹੈ ਲੋਕਤੰਤਰਿਕ ਦੇਸ਼ਾਂ ਦੇ ਵਿੱਚ ਉਹਦੇ ਵਿੱਚ মিডিਆ ਦਾ ਆਜ਼ਾਦ ਹੋਣਾ ਬਹੁਤ ਜ਼ਰੂਰੀ ਆ ਹੁਣ ਵੀ ਤੁਸੀਂ ਕੱਢ ਕੇ ਦੇਖੋਗੇ ਕਿ ਜਿਹੜੇ ਪਿਛਲੇ 25 26 ਆਦੇਸ਼ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਘਾਣ ਜਿਹੜਾ মিডিਆ ਕਰਮੀਆਂ ਦਾ ਹੁੰਦਾ ਉਹ ਨਾਰਥ ਕੋਰੀਆ ਦੇ ਵਿੱਚ ਜਿੱਥੇ ਸਿਰਫ ਇੱਕ ਚੈਨਲ ਆ ਸਰਕਾਰ ਜੋ ਚਾਹੁੰਦੀ ਉਹੀ ਕਰੂਗੀ 사ਉਦੀ ਅਰਬ ਦੀ ਤੁਸੀਂ ਐਗਜ਼ਾਮਪਲ ਲੈ ਲਓ ਉੱਤਰੀ ਅਰਬ ਦੇ ਵਿੱਚ ਜਿਹੜਾ ਰਸਤੋਗੀ ਜਿਹੜਾ ਮਾਰਿਆ ਸੀ ਆ ਤੇ ਤੁਰਕੀ ਦੇ ਵਿੱਚ ਫਿਰ ਹੋਰ ਸਾਰੇ ਬਹੁਤ ਸਾਰੇ ਕਤਲ ਹੋਏ ਆ ਈਵਨ ਇੰਡੀਆ ਵਿੱਚ ਕਤਲ ਹੋਏ ਆ ਇਹ ਕਿਹਾ ਜਾਂਦਾ ਵੀ ਹਰ ਸਾਲ 25 ਤੋਂ ਲੈ ਕੇ 49 ਕਤਲ ਜਿਹੜੇ ਹੋ ਜਾਂਦੇ ਆ ਪੱਤਰਕਾਰਾਂ ਦੇ ਪੂਰੀ ਦੁਨੀਆ ਦੇ ਵਿੱਚ ਤੇ ਇਹੋ ਜੀ ਗਿਣਤੀ ਜਿਹੜੀ ਇੰਡੀਆ ਦੇ ਵਿੱਚ ਵੀ ਆ 2019 ਦੇ ਵਿੱਚ ਵੀ ਕਾਫੀ ਪੱਤਰਕਾਰਾਂ ਦੀ ਕਤਲ ਹੋਏ ਆ ਬਹੁਤ ਸਾਰੇ ਇਦਾਂ ਦੇ ਜਿਹੜੇ ਬਿਸਲ ਬਲੋਅਰ ਸੀ ਜੀ ਉਹਨਾਂ ਨੂੰ ਦਿੱਤਾ ਗਿਆ ਹੁਣ ਇੱਥੇ ਮੀਡੀਆ ਦਾ ਕੀ ਹੋਣਾ ਹੈ ਕਿਉਂ ਮਨਾਉਣਾ ਤੇ ਅੱਜ ਕੀ ਅਸਲ ਵਿੱਚ ਗੱਲ ਕੀ ਹੋਣੀ ਚਾਹੀਦੀ ਹੈ ਕਿਉਂ ਇਹ ਗੁਲਾਮ ਬਣ ਗਿਆ ਕਿਉਂ ਆਜ਼ਾਦੀ ਇਹਦੀ ਜਾਂਦੀ ਲੱਗੀ ਉਹਦਾ ਕਾਰਨ ਇਹ ਹੈ ਕਿ ਪਹਿਲਾਂ ਤਾਂ ਜਿਹੜਾ ਮੀਡੀਆ ਕਰਮੀਆਂ ਤੁਸੀਂ ਪਹਿਲਾਂ ਦੇਖਿਆ ਹੋਣਾ ਕਿ ਮੀਡੀਆ ਜਿਹੜਾ ਆ ਉਹ ਇੱਕ ਬਹੁਤ ਵੱਡਾ ਇੱਕ ਸਾਮਰਾਜ ਬਣ ਗਿਆ ਇੱਕ ਵਪਾਰਕ ਘਰਾਣਾ ਬਣ ਗਿਆ ਕਮਾਈ ਦਾ ਸਾਧਨ ਬਣ ਗਿਆ ਤੁਸੀਂ ਪਿਛਲੀਆਂ ਫਿਲਮਾਂ ਦੇਖਦੇ ਹੋਣੇ ਆ ਵੀ ਪਹਿਲਾਂ ਇੱਕ ਪੱਤਰਕਾਰ ਆਉਂਦਾ ਸੀ ਉਹ ਆ ਕੇ ਝੋਲਾ ਉਹਦੇ ਪਾਇਆ ਹੁੰਦਾ ਸੀ ਹੂੰ ਸਾਈਕਲ ਦੇ ਉੱਤੇ ਹੁੰਦਾ ਸੀ ਖੱਦਰ ਦਾ ਕੁਰਤਾ ਪਾਇਆ ਹੁੰਦਾ ਸੀ ਤੇ ਚਪਲਾਂ ਹੀ ਹੁੰਦੀਆਂ ਸੀ ਵਿਚਾਰੇ ਦੇ ਕੋਲ ਐਨਕਾ ਵੱਡੀਆਂ ਵੱਡੀਆਂ ਲੱਗੀਆਂ ਹੁੰਦੀਆਂ ਸੀ ਐਨਕਾਂ ਦਾ ਮਤਲਬ ਕੀ ਸੀ ਕਿ ਇਹ ਬੰਦਾ ਪੜਦਾ ਬਹੁਤ ਆ ਇਹ ਰਿਸਰਚ ਬਹੁਤ ਕਰਦਾ ਜੀ ਕੁਰਤੇ ਦਾ ਮਤਲਬ ਕੀ ਸੀ ਕਿ ਇਹਨੂੰ ਬਹੁਤੀ ਪੈਸਿਆਂ ਦੀ ਲੋੜ ਨਹੀਂ ਇਹਨੂੰ ਲੋੜ ਨਹੀਂ ਹੈਗੀ ਕਿਸੇ ਤੋਂ ਪੈਸੇ ਲੈਣ ਦੀ ਝੋਲੇ ਦਾ ਮਤਲਬ ਕੀ ਸੀ ਵੀ ਇਹਦੇ ਵਿੱਚ ਇਹਦੇ ਕੋਲ ਇਨਫੋਰਮੇਸ਼ਨ ਬਹੁਤ ਆ ਭਰਿਆ ਪਿਆ ਖੋਵੇ ਭਮਕਾਛ ਨਹੀਂ ਇਹ ਸੂਚਕ ਹੁੰਦੇ ਆ ਸਾਈਕਲ ਇਹ ਸੀ ਕਿ ਆਪਣੇ ਸਾਧਨ ਜਿਹੜੇ ਆਪ ਉਹਨੂੰ ਕਿਤੇ ਗੱਡੀਆਂ ਦੀ ਲੋੜ ਨਹੀਂ ਆਪ ਚੱਲ ਕੇ ਕਰਤੀ ਆ ਉਹ ਬੰਦਾ ਉਹ ਕਰਤੀ ਆ ਕਰਤ ਕਰਦਾ ਹੁਣ ਉਹ ਜਿਹੜੇ ਸੂਚਕ ਸੀ ਪਰ ਅੱਜ ਦਾ ਜਿਹੜਾ ਤੁਸੀਂ ਪੱਤਰਕਾਰ ਚਕੋਂਗੇ ਅਸੀਂ ਆਪਾਂ ਲਾ ਲਈਏ ਟਾਈਆਂ ਲਾਈਆਂ ਜੀ ਐਨ ਬਹਿ ਜਾਂਦੇ ਆਪਾਂ ਠੀਕ ਆ ਤੇ ਹੁਣ ਇਹ ਜਦੋਂ ਇਦਾਂ ਜਾਲੇ ਸਾਡੀਆਂ ਲੋੜਾਂ ਵੱਧ ਗਈਆਂ ਲੋੜਾਂ ਦੀ ਪੂਰਤੀ ਦੇ ਲਈ ਸਾਨੂੰ ਉਹਦੇ ਪੈਸੇ ਚਾਹੀਦੇ ਆ ਇੱਕ ਇਹ ਬਿਜ਼ਨਸ ਬਣ ਗਿਆ ਬਿਜ਼ਨਸ ਦੇ ਵਿੱਚ ਫੇਰ ਸਾਨੂੰ ਲੋੜਾਂ ਪੈਂਦੀਆਂ ਇੱਕ ਤਾਂ ਇਹ ਹੋ ਗਿਆ ਦੂਜਾ ਇਹ ਹੋ ਗਿਆ ਕਿ ਸਰਕਾਰਾਂ ਇੱਕ ਇੱਕ ਬਹੁਤ ਛੋਟਾ ਜਿਹਾ ਕੇਸ ਆ ਮਾਨਹਾਨੀ ਦਾ ਆਪਾਂ ਨੂੰ ਵੀ ਬਹੁਤ ਵਾਰੀ ਇਹ ਟਿੱਪਣੀਆਂ ਆਈਆਂ ਵੀ ਤੁਹਾਡੇ ਦੇ ਮਾਨਹਾਨੀ ਦਾ ਕੇਸ ਕਰ ਦੇਣਾ ਜੀ ਤੇ ਜਿਹੜੇ ਬਹੁਤ ਸਾਰੇ ਜਿਹੜੇ ਘਰਾਣੇ ਆ ਉਹਨਾਂ ਦੇ ਉੱਤੇ ਕਰ ਦਿੰਦਾ ਮੰਨ ਲਓ ਕਿ ਇੱਕ ਪੱਤਰਕਾਰ ਆ ਪਟਿਆਲੇ ਰਹਿੰਦਾ ਕੇਸ ਉਹਦਾ ਕਰ ਦਿੱਤਾ ਜਾਂਦਾ ਕਪੂਰਥਲੇ ਇਹਨੇ ਜੀ ਆਪਣੇ ਰੇਡੀਓ ਦੇ ਉੱਤੇ ਜਾਂ ਟੀਵੀ ਦੇ ਉੱਤੇ ਜਾਂ ਅਖਬਾਰ ਦੇ ਵਿੱਚ ਆ ਲਿਖਿਆ ਸਾਡੇ ਖਿਲਾਫ ਆਰਟੀਕਲ ਆਓ ਉਹ ਫੇਰ ਬੰਦਾ ਜਿਹੜਾ ਆ ਉੱਥੇ ਘੁੰਮਦਾ ਹੁਣ ਬੰਦੇ ਨੇ ਪਟਿਆਲੇ ਤੋਂ ਉੱਥੇ ਜਾਣਾ ਉਹਦਾ ਫੇਰ ਖਰਚਾ ਤੁਸੀਂ ਰੱਖ ਲਓ ਦਿਹਾੜੀ ਵੀ ਮਰਦੀ ਆ ਖੱਜਲ ਅਖਬਾਰ ਬਾਦੂ ਦਾ ਹੁੰਦਾ ਉਹ ਫੇਰ ਬਾਅਦ ਵਿੱਚ ਉਹ ਆਖੇ ਆਖਰ ਨੂੰ ਕੇਜਰੀਵਾਲ ਸਾਹਿਬ ਵਾਂਗੂ ਮਾਫੀ ਮੰਗ ਕੇ ਤੋਰ ਪੰਦਾ ਵੀ ਕਰ ਲਓ ਗੱਲ ਇਸ ਕਰਕੇ ਮੀਡੀਆ ਦਾ ਸੁਤੰਤਰ ਹੋਣਾ ਬਹੁਤ ਜ਼ਰੂਰੀ ਆ ਪਰ ਨਾਲ ਦੀ ਨਾਲ ਸਿਕਿਉਰਿਟੀ ਬਹੁਤ ਜ਼ਰੂਰੀ ਆ ਹੂੰ ਕਿ ਹੁਣ ਤੁਸੀਂ ਦੇਖੋਗੇ ਵੀ ਪਿਛਲੇ 2 ਸਾਲਾਂ ਦੀ ਗੱਲ ਹੈ ਕਿ ਰੇਤ ਦਾ ਮਾਮਲੇ ਦਾ ਇੱਕ ਸੀਗਾ ਉਹਦੇ ਵਿੱਚ ਪੱਤਰਕਾਰ ਉੱਥੇ ਗਿਆ ਉਹਦੇ ਉੱਤੇ ਹੀ ਗੱਡੀ ਚੜਾਤੀ ਬਿਲਕੁਲ ਜਿਹੜੇ ਉੱਥੇ ਦੇ ਸਮਗ ਲੈ ਹੁੰਦੀ ਜਿਹੜੇ ਕਿ ਨਜਾਇਜ਼ ਮਾਈਨਿੰਗ ਕਰਦੇ ਸੀ ਇਸ ਕਰਕੇ ਉਹਨਾਂ ਦੀ ਜਿਹੜੀ ਜਿਹੜੇ ਪੱਤਰਕਾਰ ਆ ਜਿਹੜੇ ਜਾਣਦੇ ਆ ਜਿਹੜੇ ਕਿਉਂਕਿ ਇੱਕ ਬਹੁਤ ਵੱਡਾ ਰਿਸਕ ਆ ਇਹ ਹੁਣ ਇਸ ਕਰਕੇ ਇਹ ਜਿਹੜਾ ਕਮਾਂਤਰੀ ਦੇਵ ਸੇਦ ਘੱਟੋ ਘਾਟੇ ਜ਼ਰੂਰ ਹੋਣਾ ਚਾਹੀਦਾ ਕਿ ਜਿਹੜੇ ਵਿਸਲ ਬਲੋਅਰ ਆ ਹੂੰ ਜਿਨ੍ਹਾਂ ਨੇ ਕੋਈ ਖਬਰ ਲਿਆਂਦੀ ਆ ਸਰਕਾਰ ਨੂੰ ਇਹ ਚਾਹੀਦਾ ਕਿ ਇਦਾਂ ਦਾ ਆਰਟੀਕਲ 19 ਜਿਹੜਾ ਕਿ ਕਹਿ ਰਿਹਾ ਆ ਵੇ ਫਰੀडम ਆਫ ਐਸਪੀਸ਼ਨ ਤੇ ਸਪੀਚ ਦੀ ਗੱਲ ਹੁੰਦੀ ਆ ਵੀ ਅਸੀਂ ਇਹਨਾਂ ਨੂੰ ਪੱਤਰਕਾਰਾਂ ਨੂੰ ਸੁਰੱਖਿਆ ਵੀ ਦਈਏ ਜਿਹੜੇ ਕਿ ਵੈਸਲ ਬਲੂਰ ਆ ਜੀ ਬਿਲਕੁਲ ਅੱਛਾ ਸਾਡਾ ਸਭ ਮੈਂ ਮਾਫੀ ਚਾਹੂੰਗਾ ਪਹਿਲਾਂ ਤੁਹਾਨੂੰ ਵਿੱਚ ਰੋਕਤਾ ਸੀਗਾ ਇਹ ਮੁੱਦਾ ਬਹੁਤ ਵੱਡਾ ਕਿ ਇਹਦੇ ਤੇ ਇੱਕ ਵੱਖਰਾ ਪ੍ਰੋਗਰਾਮ ਕੀਤਾ ਜਾ ਸਕਦਾ ਤੇ ਮੈਂ ਵਾਪਸੀ ਤੁਹਾਡੇ ਵੱਲ ਕਿ ਜੇ ਕੋਈ ਪੱਖ ਰਹਿ ਗਿਆ ਉਹ ਜਰੂਰ ਤੁਸੀਂ ਬਿਆਨ ਕਰੋ ਇਹ ਤੋਂ ਬਾਅਦ ਕਿ ਮੈਂ ਅੱਗੇ ਚੱਲਾਂ ਜੀ ਆਦੇਵ ਜੀ ਜਿਸ ਤਰ੍ਹਾਂ ਦਲਜੀਤ ਜੀ ਨੇ ਕਿਹਾ ਕਿ ਤਿੰਨ ਤਿੰਨ ਚਾਰ ਪੁਆਇੰਟ ਦਲਜੀਤ ਜੀ ਨੇ ਥੋੜੇ ਸ਼ੂਨ ਦੀ ਕੋਸ਼ਿਸ਼ ਕੀਤੀ ਹੈ ਇੱਕ ਤਰ੍ਹਾਂ ਨੇ ਵਿਸਲ ਬਲੂਅਰ ਦੀ ਗੱਲ ਕੀਤੀ ਹੈ ਇੱਕ ਉਹਨਾਂ ਨੇ ਕੋਪਰੇਟ ਘਰਾਣਿਆਂ ਦੀ ਗੱਲ ਕੀਤੀ ਹੈ ਕਿ ਇਹਨਾਂ ਦੇ ਥੱਲੇ ਚੱਲ ਗਿਆ ਹੈ ਜੀ ਤੀਸਰਾ ਉਹਨਾਂ ਨੇ ਸੁਰੱਖਿਆ ਦੀ ਗੱਲ ਕੀਤੀ ਹੈ ਹਮ ਚਲੋ ਪਹਿਲਾਂ ਮੈਂ ਸੁਰੱਖਿਆ ਦੇ ਉੱਪਰ ਆ ਜੰਨਾ ਜੀ ਬਹੁਤੇ ਮੁਲਕਾਂ ਦੇ ਵਿੱਚ ਹਜੇ ਵੀ ਇਤਰਾਜ਼ ਦੀ ਆ ਮੈਂ ਭਾਰਤ ਤੇ ਸੀਮਤ ਰਹਿਣਾ ਆ ਹੁਣਾ ਤਾਂ ਇਹ ਚਾਹੀਦਾ ਕਿ ਜਿਹੜਾ মিডিਆ ਹਾਊਸ ਹੈ ਨਾ ਉਹਨਾਂ ਨੂੰ ਸੰਵਿਧਾਨਿਕ ਤੌਰ ਤੇ ਕੋਈ ਸੰਵਿਧਾਨ ਦੇ ਵਿੱਚ ਨਾ ਸੁਰੱਖਿਆਤਾ ਸੁਰੱਖਿਅਤ ਰੱਖਣ ਦਾ ਕੋਈ ਕੋਈ ਧਾਰਾ ਜਾਂ ਕੋਈ ਨਾ ਕੋਈ ਸੈਕਸ਼ਨ ਬਣਿਆ ਜਰੂਰ ਹੋਣਾ ਚਾਹੀਦਾ ਘੱਟ ਤੋਂ ਘੱਟ ਉਹਨਾਂ ਦੀ ਇੰਨੀ ਸੁਰੱਖਿਆ ਤਾਂ ਬਣੀ ਰਹੇ ਕਿ ਉਹ ਬੇਖੌਫੀ ਦੇ ਨਾਲ ਆਪਣੀ ਪੱਤਰਕਾਰਤਾ ਕਰ ਸਕਣ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਹਤਿਆਮਾਂ ਹੁੰਨੀਆਂ ਜਾਂ ਉਹਨਾਂ ਦੇ ਉੱਪਰ ਕੇਸ ਪਾ ਦਿੱਤੇ ਜਾਂਦੇ ਆ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ 6 ਪੱਤਰਕਾਰਾਂ ਦੀ ਹਤਿਆ ਹੋ ਚੁੱਕੀ ਆ ਤੇ ਉਹਨਾਂ ਦੇ ਉੱਪਰ 400 12 ਏਸੀ ਜਿਹੜੀ ਆਈਪੀਐਸ ਦੀ ਧਾਰਾ ਆ ਉਹਦੇ ਅੰਤਰਕਾਸ਼ ਜੇ ਯਾਨੀ ਪਸਿੱਧਾ ਪੰਜਾਬੀ ਚ ਦਸੀਏ ਤਾਂ ਦੇਸ਼ ਧ్రోਹ ਦਾ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਫਿਰ ਖੱਜਲ ਖਵਾਰੀ ਹੁੰਦੀ ਹੈ ਤੇ ਜੇ ਤੁਸੀਂ ਥੋੜਾ ਜਿਹਾ ਹੋਰ ਡੰਗਾਈ ਜਿਹਾ ਕੇ ਦੇਖੋ ਤਾਂ ਕਈ ਪੱਤਰਕਾਰਾਂ ਦੇ ਉੱਪਰ ਤਾਂ ਰੇਪ ਦੇ ਕੇਸ ਵਿੱਚ ਪਾ ਕੇ ਉਹਨਾਂ ਨੂੰ ਖੱਜਲ ਖਵਾਰ ਕਰ ਦਿੱਤਾ ਜਾਂਦਾ ਹੈ। ਦਰਅਸਲ ਹੈ ਕੀ ਹੈ ਜੀ ਦੂਸਰੇ ਪੁਆਇੰਟ ਦੇ ਉੱਪਰ ਹੁਣ ਮੈਂ ਆਉਣਾ ਆ ਕਿ ਜਿਸ ਤਰ੍ਹਾਂ ਦਲਜੀਤ ਜੀ ਨੇ ਕਿਹਾ ਕਿ ਇਹਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਦਬਦਬਾ ਹੋ ਗਿਆ। ਜੀ ਦੇਖੋ ਪਹਿਲਾਂ ਸਿਗਾ ਇੱਕ ਸਾਡੇ ਕੋਲ ਜਿਹੜਾ ਇੱਕ ਨਾਰਮਲ মিডিਆ ਸੀਗਾ ਸਾਡੇ ਕੋਲ ਕੁਛ ਟੀਵੀ ਚੈਨਲ ਸੀਗੇ ਲੋਕੀ ਉਹਨਾਂ ਨੂੰ ਦੇਖਦੇ ਸੀ ਉਹਨਾਂ ਤੋਂ ਹੀ ਸਾਰਾ ਦੇਖਦੇ ਸੀ ਵੀ ਚੰਗਾ ਆ ਜਾਂ ਮਾੜਾ ਆ ਉਹਨਾਂ ਨੂੰ ਅਪਣਾ ਲੈਂਦੇ ਸੀ ਜੀ ਜਿੱਦਾਂ ਜਿੱਦਾਂ ਸਰਮਾਇਦਾਰੀ ਇਹਦੇ ਵਿੱਚ ਵਧੀ ਆ ਹੂੰ ਝੋਲਿਆਂ ਵਾਲੇ ਪੱਤਰਕਾਰ ਗਾਇਬ ਹੁੰਦੇ ਗਾਇ ਜਿੱਦਾਂ ਜਲਜੀਤ ਨੇ ਕਿਹਾ ਕਿ ਐਨਕਾਂ ਵਾਲੇ ਆ ਗਏ ਤਾਂ ਟਾਈਆਂ ਵਾਲੇ ਆ ਗਏ ਉਹ ਵੇਲਾ ਸੀਗਾ ਜਦੋਂ ਓਪਨ ਮਾਰਕੀਟ ਬਣੀ ਆ ਜੀ ਉਸ ਓਪਨ ਮਾਰਕੀਟ ਦੇ ਵਿੱਚ ਕੋਰਪੋਰੇਟ ਘਰਾਣੇ ਬੜੇ ਨੇ ਤੇ ਇਹਨਾਂ ਨੇ ਆਪਣਾ ਵਿੱਚ ਪੈਸਾ ਵਾੜ ਦਿੱਤਾ ਆ ਤੇ ਅੱਜ ਫਿਰ ਇਹ ਜਿਹੜਾ ਤੁਹਾਡਾ মিডিਆ ਹਾਊਸ ਆ ਇਹ ਪੈਸੇ ਦਾ ਮੁਤਾਜ ਬਣ ਕੇ ਰਹਿ ਗਿਆ ਆ ਇਸੇ ਕਰਕੇ ਇਹਨਾਂ ਦੇ ਹੁਣ ਥੱਲੇ ਚੱਲਣ ਡਿਆ ਆ ਦੂਸਰਾ ਅੱਗੇ ਜਿਹੜਾ ਐਡੀਟਰ ਹੁੰਦਾ ਸੀ ਅਖਬਾਰ ਦਾ ਮੈਂ ਗੱਲ ਕਰਨ ਲੱਗਾ ਪ੍ਰਿੰਟ ਮੀਡੀਆ ਦੀ ਉਹਦੀ ਇੱਕ ਖਾਸ ਜਗ੍ਹਾ ਹੁੰਦੀ ਸੀ ਜੀ ਉਹਦੇ ਫੈਸਲੇ ਹੁੰਦੇ ਸੀਗੇ ਅੱਜ ਐਡੀਟਰ ਦਾ ਕੋਈ ਖਾਸ ਫੈਸਲਾ ਨਹੀਂ ਤੇ ਅੱਜ ਜਿਹੜਾ ਮੈਨੇਜਿੰਗ ਆਪਣੇ ਕੋਲ ਮੈਨੇਜਰ ਆ ਜਨਰਲ ਮੈਨੇਜਰ ਆ ਉਹ ਇਹ ਸਾਰੇ ਫੈਸਲੇ ਚੱਕੀ ਫਿਰ ਮਾਫ਼ ਕਰਨਾ ਫੈਸਲੇ ਸਾਰੇ ਚੱਕੀ ਫਿਰਦਾ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹਾਂਗਾ ਹਮ ਦੇਖੋ ਹੌਲੀ ਹੌਲੀ ਜਿਹੜਾ ਸਾਡਾ ਮੀਡੀਆ ਪਲੇਟਫਾਰਮ ਹੈ ਜਿਹੜਾ ਸਾਡਾ ਮੀਡੀਆ ਹਾਊਸ ਹੈ ਉਹ ਡਿਜੀਟਲ ਦੇ ਵਿੱਚ ਕਨਵਰਟ ਹੋਇਆ ਜੀ ਡਿਜੀਟਲ ਦਾ ਮਤਲਬ ਕਿ ਸਾਡਾ ਸੋਸ਼ਲ ਮੀਡੀਆ ਹੂੰ ਪਿਛਲੇ 2 ਸਾਲਾਂ ਦੇ ਵਿੱਚ ਸਾਨੂੰ ਇਹ ਲੱਗਾ ਕਿ ਚਲੋ ਠੀਕ ਹੈ ਜਿਹੜੇ ਉਹ ਗੱਪੀ ਮੀਡੀਆ ਸੀਗਾ ਜਿਹਨੂੰ ਤੁਸੀਂ ਹੋਰ ਵੀ ਨਾਮ ਦੇ ਨਾਲ ਸੰਬੋਧਨ ਕਰਦੇ ਆਏ ਹੋ ਉਹ ਤੋਂ ਸਾਨੂੰ ਛਟਕਾਰਾ ਮਿਲ ਗਿਆ ਸਾਡਾ ਇੱਕ ਆਪਣਾ ਸੋਸ਼ਲ ਮੀਡੀਆ ਬਣ ਗਿਆ ਪਰ ਹੁਣ ਜਿਹੜਾ ਧਿਆਨ ਨਾਲ ਦੇਖੋ ਇਸ ਸੋਸ਼ਲ ਮੀਡੀਆ ਦੇ ਉੱਪਰ ਵੀ ਉਹਨਾਂ ਘਰਾਣਿਆਂ ਦਾ ਹੀ ਕਹਿ ਲਓ ਕਿ ਦਬਦਬਾ ਆ ਉਹਨਾਂ ਨੇ ਸਾਰਾ ਵਿੱਚ ਪੈਸਾ ਇਨਵੈਸਟ ਕਰ ਦਿੱਤਾ ਉਹਨਾਂ ਦੀ ਸਪਾਂਸਰਸ਼ ਜੇ ਉਹਨਾਂ ਦਾ ਪੈਸਾ ਨਵੰਸਟੇ ਸਪਾਂਸਰਸ਼ਿਪਾਂ ਹੁੰਦੀਆਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਹੀ ਵਿੱਚ ਬੋਲੀ ਬੋਲੀ ਜਾ ਰਹੀ ਆ ਸੋ ਅੱਜ ਸਥਿਤੀ ਇਹ ਬਣ ਗਈ ਹੈ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਜੇ ਕੋਈ ਖਬਰ ਆਈ ਆ ਹੂੰ ਕਿ ਕਿੱਥੋਂ ਬਣ ਕੇ ਆਈ ਆ ਕੀ ਇਹ ਸਹੀ ਆ ਕਿ ਕੀ ਇਹ ਗਲਤ ਆ ਔਰ ਹਾਸੋ ਹੀ ਨਹੀਂ ਗੱਲ ਇਹ ਆ ਕਿ ਅੱਜ ਖਬਰ ਦੀ ਪੁਸ਼ਟੀ ਕਰਨ ਦੇ ਵੀ ਇੱਕ ਟੈਸਟ ਬਣ ਗਏ ਆ ਕਿ ਉਹ ਟੈਸਟ ਦੱਸਦਾ ਕਿ ਖਬਰ ਸੱਚੀ ਸੀ ਕਿ ਝੂਠੀ ਸੀ ਕਿਉਂਕਿ ਆਈਟੀ ਸੱਲੇ ਜੰਨੇ ਆ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਵਟਸਐਪ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਕੀ ਕੀ ਡਿਗੀ ਜਾ ਰਿਹਾ ਮਤਲਬ ਕਿ ਰੌਸ਼ੇ ਜਿੰਨਾ ਜ਼ਿਆਦਾ ਬਣ ਗਿਆ ਹੂੰ ਤੀਸਰਾ ਜਲਦੀ ਨਾਲ ਦੱਸਦਾ ਦਿਲਜੀਤ ਜੀ ਨੇ ਕਿਹਾ ਸੀਗਾ ਕਿ ਇਹ ਜਿਹੜਾ ਆਪਣਾ ਚੌਥਾ ਥਾਮ ਆ ਇਹ ਇੱਕ ਸ਼ੀਸ਼ਾ ਹੁੰਦਾ ਆ ਲੋਕਾਂ ਦੇ ਵੱਲੋਂ ਜੀ ਸਰਕਾਰਾਂ ਨੂੰ ਤੇ ਅੱਜ ਜਿਹੜਾ ਇਹ ਥਾਮ ਆ ਇਹ ਕਾਫੀ ਜ਼ਿਆਦਾ ਹਿਲ ਚੁੱਕਾ ਹੈ ਪੁੱਲ ਟੁੱਟ ਚੁੱਕਾ ਆ ਜੀ ਤੇ ਜੇ ਸਮਾਂ ਮਿਲਿਆ ਤਾਂ ਇਹਦੇ ਵਿੱਚ ਮੈਂ ਆਪਣੇ ਯੂ ਐਸ ਤੋਂ 트ੰਪ ਦੀ ਜਰੂਰ ਬਖਿਆਨ ਕਰਨਾ ਚਾਹੂੰਗਾ ਜਦੋਂ ਬਾਅਦ ਵਿੱਚ ਸਮਾਂ ਮਿਲਿਆ ਜਰੂਰ ਜੀ ਤੇ ਦਿਲਜੀਤ ਜੀ ਤੁਸੀਂ ਕੁਝ ਹੋਰ ਕਹਿਣਾ ਚਾਹੋ ਕਿਉਂਕਿ ਲਸਾੜਾ ਸਾਹਿਬ ਨੇ ਜਿੱਦਾਂ ਜਿਹੜਾ ਤੁਸੀਂ ਵੀ ਦੇਸ਼ ਧਰੋਹ ਦੀ ਗੱਲ ਕੀਤੀ ਇਹ ਹੁਣ ਹਾਲ ਦੇ ਵਿੱਚ ਜਿਹੜਾ ਇਹ ਟਰਮ ਆ ਦੇਸ਼ ਧਰੋਹੀ ਕਿ ਕੋਈ ਵੀ ਕੁਝ ਵੀ ਬੋਲਦਾ ਤੇ ਉਹਦੇ ਉੱਤੇ ਬਹੁਤ ਛੇਤੀ ਇਹ ਦੇਸ਼ ਧਰੋਹ ਦਾ ਜਿਹੜਾ ਮਕਦਮਾ ਕੀਤਾ ਜਾਂਦਾ ਤੇ ਜਿੱਦਾਂ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਹਥਿਆਰ ਹੈ ਉਹਦੇ ਉੱਤੇ ਵੀ ਜਿਸ ਤਰੀਕੇ ਨਾਲ ਕੰਜਾ ਖਸਿਆ ਜਾ ਰਿਹਾ ਸਰਕਾਰਾਂ ਉਹਦੇ ਬਾਰੇ ਕੀ ਕਹਾਂ ਚੋਗਦਰ ਜੀ ਨਹੀਂ ਦੇਖੋ ਦੇਸ਼ ਧਰੋਹੀ ਆ ਬਹੁਤ ਵੱਡੀ ਸੰਗੀਨ ਗੱਲ ਆ ਜੀ ਬਿਲਕੁਲ ਦੇਸ਼ ਧਰੋਹ ਦਾ ਮੈਨੂੰ ਲੱਗਦਾ ਵੀ ਇਹ ਇਹਦਾ ਤਾਂ ਜਿਹੜਾ ਤੁਸੀਂ ਕਹ ਲਓ ਕਿ ਜੇਲਾਂ ਦੇ ਵਿੱਚ ਫਿਰ ਤੁਹਾਡਾ ਜੀਵਨ ਬਤੀਤ ਹੋਵੇ ਇੰਨੀ ਸੰਗੀਨ ਆ ਤੇ ਤੁਸੀਂ ਦੇਸ਼ ਦੇ ਨਾਲ ਹੀ ਗਦਾਰੀ ਕਰ ਗਏ ਇੱਕ ਬਹੁਤ ਵੱਡਾ ਠੱਪਾ ਸਾਡੇ ਤੇ ਲਾ ਦੇਣਾ। ਕਈ ਵਾਰੀ ਕੀ ਹੁੰਦਾ ਕਿ ਸਰਕਾਰਾਂ ਆਪਣੇ ਕਮਾਂਕਾਰਾਂ ਦੇ ਵਿੱਚ ਆਲੋਚਨਾ ਨਹੀਂ ਚਾਹੁੰਦੀ। ਉਹਨਾਂ ਨੂੰ ਫਿਰ ਉਹ ਬੁਰੇ ਲੱਗਦੇ ਆ ਜਿਹੜੇ ਲੋਕ ਉਹਨਾਂ ਦੀ ਭੰਡੀ ਪ੍ਰਚਾਰ ਕਰਦੇ ਆ। ਜਦ ਕਿ ਹੁਣਾ ਤਾਂ ਇਹ ਚਾਹੀਦਾ ਕਿ ਉਹਨਾਂ ਨੂੰ ਫੀਡਬੈਕ ਸਵੀਕਾਰ ਕਰਨੀ ਚਾਹੀਦੀ ਹੈ। ਸਰਕਾਰਾਂ ਉਹੀ ਲੋਕਤੰਤਰ ਦੇ ਵਿੱਚ ਵਧੀਆ ਕੰਮ ਕਰ ਸਕਦੀਆਂ ਜਿਹੜੀਆਂ ਮੰਨਦੀਆਂ ਕਿ ਸਾਡੇ ਕਿਉਂਕਿ ਸਿਜੈਸ਼ਨੇ ਹੁੰਦੇ ਆ ਕਿ ਹਾਂ ਅਸੀਂ ਆ ਗਲਤ ਕੰਮ ਕਰਦੇ ਆ। ਹੁਣ ਤੁਸੀਂ ਬਹੁਤ ਸਾਰੇ ਲੋਕਾਂ ਨੇ ਇੱਕ ਗੱਲ ਉਡਾਈ ਜਾਂਦੀ ਵੀ ਆਵਾਜ਼ ਦੀ ਪਾਰਟੀ ਜੀ ਫੈਸਲੇ ਬਦਲੀ ਆ। ਅੱਜ ਵੀ ਸਵੇਰੇ ਲੈਂਦੀ ਆ ਸ਼ਾਮ ਨੂੰ ਬਦਲ ਲੈਂਦੇ ਪਰ ਮੈਨੂੰ ਲੱਗਦਾ ਵੀ ਇਹ ਸਹੀ ਆ ਜੀ ਸਵੇਰੇ ਉਹ ਕੰਮ ਕੋਈ ਕਾਰਨ ਲੱਗਦੇ ਆ ਮੰਨ ਲਓ ਉਹ ਕੰਮ ਕਿਹਨਾਂ ਨੇ ਕੀਤਾ ਉਹ ਨਹੀਂ ਬਿਊਰੋਕਰੇਟਸ ਨੇ ਕਰ ਦਿੱਤਾ ਜਾਂ ਸਲਾਹਾ ਦੇ ਨਾਲ ਕਰ ਦਿੱਤਾ ਫਿਰ ਉਹ ਲੋਕਾਂ ਦੀ ਆਵਾਜ਼ ਆਉਂਦੀ ਆ ਸ਼ਾਮ ਤੱਕ ਕਿ ਲੋਕਾਂ ਨੂੰ ਨਹੀਂ ਐਕਸੈਪਟ ਆ ਆਪਾਂ ਬਦਲ ਦਿੰਦੇ ਆ ਇਹ ਹੀ ਤਾਂ ਲੋਕਤੰਤਰ ਦੀ ਖੂਬਸੂਰਤੀ ਆ ਇਹਦੇ ਇਹਨੂੰ ਆਪਾਂ ਨੈਗੇਟਿਵ ਨਹੀਂ ਲੈ ਸਕਦੇ ਹਾਂ ਵੀ ਇਹ ਗਲਤ ਫੈਸਲਾ ਹੋਇਆ ਅਸੀਂ ਮੰਨਦੇ ਆ ਆਪਾਂ ਇਹਨੂੰ ਸਹੀ ਕਰ ਲੈਂਦੇ ਆ ਇਹ ਇਹ ਜਿਹੜਾ ਆ ਜਰੂਰ ਹੋਣਾ ਚਾਹੀਦਾ ਦੂਜੇ ਪਾਸੇ ਕਿੱਥੋਂ ਪਤਾ ਲੱਗਦਾ ਜਦੋਂ ਮੀਡੀਆ ਉਹਦਾ ਭੰਡੀ ਪ੍ਰਚਾਰ ਕਰਦਾ ਜੀ মিডিਆ ਉਹਨੂੰ ਕਹਿੰਦਾ ਵੀ ਹਾਂ ਤੂੰ ਇੱਥੇ ਗਲਤ ਕੀਤਾ মিডিਆ ਨੂੰ ਅਸੈਪਟ ਕਰਨਾ ਚਾਹੀਦਾ ਪਰ ਜਦੋਂ ਤੁਹਾਨੂੰ ਲੱਗਦਾ ਵੀ ਨਹੀਂ ਇਹ ਤਾਂ ਇਦਾਂ ਹੁੰਦਾ ਤੇ ਇਹਨੂੰ ਅਸੀਂ ਸੰਘੀਂ ਧਰਾਵਾ ਦੇ ਵਿੱਚ ਪਾ ਦਿੰਨਾ ਫੇਰ ਤੁਹਾਡਾ ਜਿਹੜਾ ਰੈਂਕ ਹੈ ਉਹ ਡਿਗਣਾ ਹੀ ਆ ਤੇ ਹੁਣ ਰੈਂਕ ਡਿਗਣ ਦਾ ਕਾਰਨ ਇੰਨਾ ਵੀ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਪਰ ਜਿਹੜਾ ਰੈਂਕ ਡਿਗਣ ਦਾ ਕਾਰਨ ਕੀ ਹੈ ਜੰਮੂ ਕਸ਼ਮੀਰ ਦੇ ਵਿੱਚ ਐਮਰਜੈਂਸੀ ਬਾੜੀਆਂ ਦੂਜਾਂ ਹੈਗਾ ਕਿ ਕੋਈ ਤਾਂ ਤੁਸੀਂ ਉੱਥੇ ਦੀ ਖਬਰ ਹੀ ਨਹੀਂ ਬਾਹਰ ਨਿਕਲੀ ਹੈ ਹਨ ਜਦੋਂ ਦਾ ਇਹ ਧਾਰਾ 370 ਦੀ ਗੱਲ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਲਗਭਗ ਕੱਟ ਆਫ ਹੋਇਆ ਫੇਰ ਇਦਾਂ ਦੀਆਂ ਹਿੰਸੇ ਘਟਨਾਵਾਂ ਹੋਈਆਂ ਉਹ ਤੋਂ ਪਹਿਲਾਂ ਹੀ ਮੀਡੀਆ ਨੂੰ ਜਿਹੜਾ ਬੈਨ ਕਾਰ ਦਿੱਤਾ ਜਾਂਦਾ ਇੰਟਰਨੈਟ ਜਿਹੜਾ ਕੱਟ ਦਿੱਤਾ ਜਾਂਦਾ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹਦੇ ਵਿੱਚ ਰੈਂਕਿੰਗ ਸਾਡੀ ਡੈਗਦੀ ਆ ਸਰਕਾਰਾਂ ਨੂੰ ਜ਼ਰੂਰ ਧਿਆਨ ਜਿਹੜਾ ਦੇਣਾ ਚਾਹੀਦਾ ਬਿਲਕੁਲ ਜਿੱਦਾਂ ਜੇਕਰ ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਤੇ ਜੇ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਲੋਕਤੰਤਰ ਹੈ ਉਹ ਜਿਉਂਦਾ ਰਹੇ ਤੇ ਲੋਕਤੰਤਰ ਦੇ ਜਿਹੜੇ ਥੰਮ ਹੈ ਜਿਹਦਾ ਮੀਡੀਆ ਆ ਮੀਡੀਆ ਨੂੰ ਲੋਕਤੰਤਰ ਦਾ ਥੰਮ ਮੰਨਿਆ ਜਾਂਦਾ ਤੇ ਉਹਦਾ ਜਿਉਣਾ ਉਹਦਾ ਸੁਤੰਤਰ ਹੋਣਾ ਵੀ ਬਹੁਤ ਜ਼ਰੂਰੀ ਆ ਤੇ ਅਸੀਂ ਉਮੀਦ ਕਰਦੇ ਆ ਕਿ ਤਬੇ ਲੱਗੇ ਆ ਜਾਂ ਇਹਦੇ ਬਾਰੇ মিডিਆ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਇਹ মিডিਆ ਜਿਹੜੇ ਆਪਣੇ ਪਰਪੱਖ ਜਿਹੜੀ ਨਿਰਪੱਖ ਸੋਚ ਨਾਲ ਨਿਰਪੱਖ ਜਿਹੜੀ ਗੱਲਬਾਤ ਨਾਲ ਇਹ ਜਿਹੜੇ ਸਾਰੇ ਕਲੰਕ ਆ ਉਹ ਦੂਰ ਕਰੇ ਤੇ ਸਾਡਾ ਸਭ ਵਾਪਸੀ ਇੱਕ ਵਾਰ ਫਿਰ ਤੋਂ ਤੇ ਮੈਂ ਹੁਣ ਗੱਲਬਾਤ ਕਰਨੀ ਚਾਹੂੰਗਾ ਆ ਥਮਿੰਦਰ ਸਿੰਘ ਆਨੰਦ ਹੋਣਾ ਬਾਰੇ ਜਿਨ੍ਹਾਂ ਨੂੰ ਹੁਣ ਪੰਥ ਚੋਂ ਛੇਕ ਦਿੱਤਾ ਗਿਆ ਅਕਾਲ ਤਖਤ ਸਾਹਿਬ ਤੋਂ ਪੰਥ ਤੋਂ ਛੇਕਿਆ ਗਿਆ ਜਦੋਂ ਇਦਾਂ ਦਾ ਕੰਮ ਹੁੰਦਾ ਹੈ ਖੈਰ ਮੈਂ ਇੱਥੇ ਸਾਫ਼ ਕਰਦਾ ਕਿ ਇਹ ਬਹੁਤ ਵੱਡਾ ਮੁੱਦਾ ਹੈ ਤੇ ਅਸੀਂ ਇੱਥੇ ਜਿਹੜਾ ਇਹ ਧਾਰਮਿਕ ਮੁੱਦਾ ਹੈ ਤੇ ਟੀਕਾ ਟਿੱਪ ਨਹੀਂ ਕਰਨ ਦੇ ਵੀ ਅਸੀਂ ਯੋਗ ਨਹੀਂ ਹੈਗੇ ਅਸੀਂ ਸਿਰਫ ਆਪਣੀ ਜਿਹੜਾ ਪੱਖ ਬਾਹਰ ਆਇਆ ਉਹਦੇ ਬਾਰੇ ਗੱਲ ਕਰਨਾ ਜਿਹੜਾ ਇੱਕ ਪੱਤਰਕਾਰ ਦਾ ਫਰਜ਼ ਹੁੰਦਾ ਤੇ ਅਸੀਂ ਸਿਰਫ ਉਹ ਨਿਭਾ ਰਹੇ ਹਾਂ ਜਿਹੜਾ ਥਮਿੰਦਰ ਸਿੰਘ ਆਨੰਦ ਹੁਣਾਂ ਨੂੰ ਪੰਥ ਚੋਂ ਛੇਕਿਆ ਗਿਆ ਉਹਦੇ ਬਾਰੇ ਉਸ ਸਟੇਜ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਜਦੋਂ ਇਹ ਇਦਾਂ ਦਾ ਕੁਝ ਹੁੰਦਾ ਤਾਂ ਇੱਕ ਸਿੱਖ ਮਰਿਆਦਾ ਤੇ ਵੀ ਕਿੰਤੂ ਪਰੰਤੂ ਹੋਣ ਲੱਗ ਪੈਂਦਾ ਜੋ ਕਿ ਨਹੀਂ ਹੋਣਾ ਚਾਹੀਦਾ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਜੀ ਬਿਲਕੁਲ ਦੇਵ ਜੀ ਵਿਸ਼ਾ ਵੈਸੇ ਇਹ ਵੀ ਬੜਾ ਗੰਭੀਰ ਹੈ ਬਿਲਕੁਲ ਤੇ ਵੈਸੇ ਤਾਂ ਇਹ ਇੱਕ ਵੱਡੇ ਪ੍ਰੋਗਰਾਮ ਦੀ ਲੋੜ ਹੈ ਜਿਹਦੇ ਵਿੱਚ ਖੁੱਲ ਕੇ ਆਇਸਾ ਆਇਸਾ ਇਹਨਾਂ ਚੀਜ਼ਾਂ ਨੂੰ ਆਪਾਂ ਦੱਸ ਸਕਦੇ ਹਾਂ ਦੱਸ ਕੇ ਸੰਮੋਹਕਾਰ ਸਕਦੇ ਹਾਂ ਜੀ ਵੈਸੇ ਇੱਕ ਆਮ ਕਹਿ ਲਓ ਕਿ ਥੋੜਾ ਜਿਹਾ ਫਿਕਰ ਜਾਂ ਹੁੰਦਾ ਕਿ ਜਦੋਂ ਇਹ ਇਹਨਾਂ ਮੁੱਦਿਆਂ ਨੂੰ ਜ਼ਿਆਦਾ ਬਾਈਪਾਸ ਕਰ ਦਿੱਤਾ ਜਾਂਦਾ ਹੈ ਜਾਂ ਅਸੀਂ ਥੋੜਾ ਜਿਹਾ țeੜਕ ਜਾਂਦੇ ਹਾਂ ਕਿ ਚਲੋ ਨਾ ਬੋਲੀਏ ਪਤਾ ਨਹੀਂ ਖਿੱਚੋ ਤਾਣ ਹੋ ਜਾਏਗੀ ਜੇ ਹੋ ਜਾਏਗਾ ਪਰ ਤੁਸੀਂ ਇਸ ਵਿਸ਼ੇ ਨੂੰ ਅੱਜ ਸ਼ਾਮਲ ਕੀਤਾ ਹੈ ਸ਼ਾਬਾਸ਼ ਦੇ ਹੱਕਦਾਰ ਹੋ ਤੁਸੀਂ ਵੀ ਦੇਖੋ ਤੁਸੀਂ ਥਮਿੰਦਰ ਸਿੰਘ ਆਨੰਦ ਹੋਂਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੂੰ ਜਥੇਦਾਰ ਚੇਰੀ ਕਾਲ ਤਖਤ ਵੱਲੋਂ ਪੰਥ ਚੋਂ ਛੇਕ ਦਿੱਤਾ ਗਿਆ ਹੈ ਠੀਕ ਹੈ ਜੀ ਨੌਜਵਾਨ ਪੀੜੀ ਦੇ ਵਿੱਚ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਜੇ ਆਪਾਂ 3 ਕਿ 4 ਜਾਂ 5 ਸਾਲਾਂ ਦੀ ਗੱਲ ਕਰੀਏ ਉਹਦੇ ਵਿੱਚ ਇੱਕ ਬੜਾ ਨਾਲ ਸਵਾਲ ਉੱਠਦਾ ਹੁੰਦਾ ਹੈ ਕਿ ਜੇ ਕੋਈ ਬੰਦਾ ਆਪਣੀ ਕਮਿਊਨਿਟੀ ਦੇ ਵਿੱਚ ਜੰਮਿਆ ਹੂੰ ਤੇ ਤੁਸੀਂ ਉਹਨੂੰ ਉਹਦੇ ਵਿੱਚੋਂ ਬਾਹਰ ਕਿਵੇਂ ਕੱਢ ਸਕਦੇ ਹੋ ਜੀ ਸੋ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਆ ਸੋ ਇਸ ਤਰ੍ਹਾਂ ਦੇ ਜਿਹੜੇ ਤਿੱਖੇ ਤਿੱਖੇ ਜਿਹੇ ਸਵਾਲ ਆ ਇਹ ਕਈ ਵਾਰ ਨਾ ਸੰਵਾਦ ਆਪਾਂ ਕਰਨ ਬੈਠਦੇ ਆ ਤਾਂ ਲੜਾਈ ਦੇ ਵਿੱਚ ਬਦਲ ਜਾਂਦੇ ਆ ਸੋ ਸਾਡੀ ਕੋਈ ਇਹੋ ਜਿਹੀ ਮਨਸ਼ਾ ਨਹੀਂ ਕਿ ਅਸੀਂ ਇਹਨਾਂ ਦੇ ਸਵਾਲਾਂ ਦੇ ਵਿੱਚ ਜਾਂ ਸੰਵਾਦਾਂ ਦੇ ਵਿੱਚ ਵੜਨਾ ਆ ਹੂੰ ਤੁਸੀਂ ਸਿੱਧਾ ਟੂ ਦਾ ਪੁਆਇੰਟ ਪੁੱਛਿਆ ਕਿ ਤਮਿੰਦਰ ਸਿੰਘ ਆਨੰਦ ਨੂੰ ਜੇ ਜਸਤਾਰਜੀ ਰਿਕਾਲ ਤਖਤ ਨੇ ਛੇਕਿਆ ਆ ਜਾਂ ਉਹਨਾਂ ਨੇ ਕਹਤਾ ਕੋਈ ਕੌਮ ਦੇ ਵਿੱਚ ਛੇਕਣ ਦਾ ਮਤਲਬ ਕੌਮ ਦੇ ਵਿੱਚ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਉਹਦੇ ਵੀ ਆਪਣੇ ਇੱਕ ਬੱਕਰੇ ਮੈਨ ਹੁੰਦੇ ਉਹ ਕਿਉਂ ਦਿਖਾਇਆ ਗਿਆ ਜੀ ਦੇਖੋ ਇਹ ਵੀ ਕੋਈ ਨਵੀਂ ਪਿਰਤ ਨਹੀਂ ਹੈਗੀ ਕਿ ਜਿੱਦਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਜੇ ਆਪਾਂ ਗੱਲ ਕਰੀਏ ਅੰਗਾਂ ਦੀ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਕੋਰਟ ਨੇ ਤੇ ਜਿਹੜੀ ਪੰਜਾਬ ਦੀ ਆਪਣੀ ਅਸੈਂਬਲੀ ਆ ਉਹਦੇ ਵਿੱਚ ਇਹਨੂੰ ਜਗਤ ਜੋਤ ਜਾਂ ਲਿਵਿੰਗ ਗੁਰੂ ਦਾ ਦਰਜਾ ਕਾਨੂੰਨਨ ਤੌਰ ਤੇ ਦਿੱਤਾ ਹੋਇਆ ਹੈ ਬਿਲਕੁਲ ਤੋਂ ਜਗਤ ਗੁਰੂ ਦਾ ਮਤਲਬ ਕੀ ਆ ਕਿ ਗੁਰੂ ਨੇ ਆਪਣੇ ਮੁਖ ਤੋਂ ਸਿੱਖਾਂ ਦੇ ਮੁਖ ਦੇ ਵਿੱਚ ਗੁਰਬਾਣੀ ਦਾ ਪ੍ਰਸਾਰ ਕਰ ਦਿੱਤਾ ਜੀ ਸੋ ਇਹਦਾ ਮਤਲਬ ਇਹ ਹੋਇਆ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹ ਨੂੰ ਨਾ ਤਾਂ ਸਿਰਫ ਤੇ ਸਿਰਫ ਅਸੀਂ ਕੋਈ ਧਾਰਮਿਕ ਪੁਸਤਕ ਕਹਿ ਸਕਦੇ ਆ ਤੇ ਨਾ ਹੀ ਅਸੀਂ ਉਹਨੂੰ ਕੋਈ ਮੂਰਤੀ ਦਾ ਦਰਜਾ ਦੇ ਸਕਦੇ ਆ ਜੀ ਜਦੋਂ ਕੋਈ ਮਿੱਥ ਇਸ ਚੀਜ਼ ਤੋਂ ਉੱਪਰ ਉੱਠ ਜਾਂਦੀ ਹੈ ਕਿ ਇਹ ਸਿਰਫ ਤੇ ਸਿਰਫ ਇੱਕ ਮੂਰਤੀ ਨਹੀਂ ਹੈਗੀ ਜਾਂ ਇਹ ਕੋਈ ਕਹਿ ਲਓ ਕਿ ਇੱਕ ਧਾਰਮਿਕ ਪੁਸਤਕ ਨਹੀਂ ਹੈਗੀ ਤਾਂ ਸਾਨੂੰ ਉਹਦੇ ਲਈ ਸਤਕਾਰ ਨੂੰ ਥੋੜਾ ਜਿਹਾ ਹੋਰ ਜ਼ਿਆਦਾ ਵਧਾਉਣ ਦੀ ਲੋੜ ਹੁੰਦੀ ਆ ਜੀ ਸੋ ਸਾਰਾ ਕਲੇਸ਼ ਇੱਥੇ ਜਾ ਕੇ ਪੈਂਦਾ ਆ ਹੁਣ ਪਿਛਲੇ ਕਹਿ ਲਓ ਕਿ ਇਤਿਹਾਸ ਨੂੰ ਚੱਕ ਲੋ ਜਾ ਉਸ ਤੋਂ ਬਾਅਦ ਆਪਣਾ ਆਜ਼ਾਦੀ ਦਾ ਪੀੜ ਜਾਂ ਉਸ ਤੋਂ ਬਾਅਦ ਹੁਣ ਤੱਕ ਦਾ ਸਮਾਂ ਜੀ ਕੋਸ਼ਿਸ਼ ਕੀਤੀ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਆ ਇਹਨੂੰ ਕਹਿ ਲਓ ਕਿ ਇਹਦੇ ਵਿੱਚ ਬਿੰਦੀਆਂ ਟਿੱਪੀਆਂ ਜਾਂ ਲਗਾ ਮਾਤਰਾ ਜਾਂ ਸ਼ਬਦ ਜੋੜ ਦੇ ਵਿੱਚ ਕੋਈ ਨਾ ਕੋਈ ਰਦੋ ਬਦਲ ਕਰ ਦਿੱਤੀ ਜਾਵੇ ਜੀ ਤੇ ਦੂਸਰਾ ਕਿਉਂ ਨਾ ਇਹਦੇ ਵਿੱਚ ਕੋਈ ਹੋਰ ਬਾਣੀ ਦਾ ਮਿਕਸਚਰ ਭਰਤਾ ਜਾਵੇ ਰਲਗੜ ਕਰ ਦਿੱਤਾ ਜਾਵੇ ਸੋ ਇਹਦੀ ਬਹੁਤ ਆਧਾਰਨਾ ਹੋ ਸਕਦੀਆਂ ਹੁਣ ਇਸ ਵਕਤ ਜਿਹੜਾ ਇਹ ਸਾਡੇ ਕੋਲ ਸਖਸਿਗਾ ਸੁਮਿੰਦਰ ਸਿੰਘ ਆਨੰਦ ਜੀ ਉਹਨਾਂ ਦੇ ਉੱਪਰ ਦੋਸ਼ ਕੀ ਲੱਗੇ ਆ ਲਗਭਗ ਇਹੀ ਦੋਸ਼ ਆ ਸਭ ਤੋਂ ਪਹਿਲਾ ਦੋਸ਼ ਇਹ ਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਹੈਗੇ 1430 ਅੰਗ ਜਿਹਨੂੰ ਆਪਾਂ ਪੰਨਾ ਸ਼ਬਦ ਨਹੀਂ ਬੋਲਦੇ ਆਪਾਂ ਅੰਗ ਸ਼ਬਦ ਬੋਲ ਬਤ ਲੈਨੇ ਉਹਨਾਂ ਨੇ ਇੱਕ ਪੰਨਾ ਘੱਟ ਕਰਕੇ 1428 ਦੇ ਵਿੱਚ ਉਹਨੂੰ ਕਹਿਤਾ ਕਿ ਇਹ ਸੰਪੂਰਨ ਹੋ ਗਿਆ 1430 ਦੇ ਵਿੱਚ ਜੀ ਜਿਹੜੀ ਚੀਜ਼ ਨੂੰ ਉਹਨਾਂ ਨੇ ਇੱਕ ਅੰਗ ਨੂੰ ਬਾਹਰ ਕੱਢਿਆ ਆ ਉਹ ਉਹੀ ਅੰਗ ਨੂੰ ਬਾਹਰ ਕੱਢਿਆ ਜਿੱਥੋਂ ਸਾਡੀ ਸ਼ੁਰੂਆਤ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਇੱਕ ਓੰਕਾਰ ਤੋਂ ਇਹਦਾ ਮਤਲਬ ਕਿ ਉਹ ਜਿਹੜੀ ਫਲਸਫੀ ਸੀਗੀ ਕਿ ਅਸੀਂ ਸਾਂਝੇ ਆ ਇਕੱਠੇ ਆ ਔਰ ਸਾਡੇ ਉੱਪਰ ਇੱਕ ਓੰਕਾਰ ਆ ਜਿਹੜਾ ਸਾਡੀ ਛਤਰ ਛਾਇਆ ਦੇ ਵਿੱਚ ਅਸੀਂ ਬੈਠਦੇ ਆ ਜੀ ਉਹਨੂੰ ਉਹਨਾਂ ਨੇ ਇਸ ਵਿੱਚੋਂ ਨਾਸਤ ਕਰਨ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਜਿੱਥੇ ਬਾਬੇ ਨਾਨਕ ਦੀ ਸੋਚ ਜਿਹੜੀ ਹੈ ਏਕ ਓੰਕਾਰ ਜਿੱਤੇ ਸਿੱਖ ਜਿਹੜੀ ਕੌਮ ਆ ਜਾਂ ਸਾਂਝੀ ਵਾਰਤਾ ਦੇ ਪ੍ਰਤੀਕ ਆ ਆ ਅੱਗੇ ਵੀ ਗੱਲ ਕੀਤੀ ਆ ਜਿੱਥੇ ਸਿੱਖ ਕੌਮ ਖੜਦੀ ਆ ਉਹਨੂੰ ਬਿਲਕੁਲ ਵਿੱਚੋਂ ਮਨਫ਼ੀ ਕਰਤਾ ਉਹਨਾਂ ਵੱਲੋਂ ਤੇ ਦੂਸਰਾ ਜੀ ਕਿਉਂਕਿ ਡਿਜੀਟਲ ਮੀਡੀਆ ਚੱਲਦਾ ਪਿਆ ਆ ਹਮਮ ਕੋਸ਼ਿਸ਼ ਹੋ ਰਹੀ ਆ ਦੇਸ਼ਾਂ-ਵਦੇਸ਼ਾਂ ਦੇ ਵਿੱਚ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਨਾ ਨੂੰ ਟ੍ਰਾਂਸਲੇਟ ਕਰ ਦਿੱਤਾ ਜਾਵੇ ਤੇ ਇੱਥੇ ਸਾਜਿਸ਼ ਇਹ ਚੱਲਦੀ ਹੈ ਕਿ ਇਹਨੂੰ ਐਜ਼ ਇਟ ਇਜ਼ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹੋਰ ਭਾਸ਼ਾਵਾਂ ਦੇ ਵਿੱਚ ਚਲੋ ਆਪਾਂ ਹੋਰ ਭਾਸ਼ਾਵਾਂ ਨੂੰ ਛੱਡ ਦਈਏ ਜਿਹੜੀ ਇਸ ਠਵਿੰਦਰ ਸਿੰਘ ਨੇ ਇਹ ਕੋਸ਼ਿਸ਼ ਕੀਤੀ ਆ ਕਿ ਇਹਨਾਂ ਨੂੰ ਹੂਬ ਹੂ ਉਦਾਂ ਹੀ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜੀ ਜੇ ਤੁਸੀਂ ਸਹੀ ਸ਼ਬਦਾਵਲੀ ਕੋ ਪੰਜਾਬੀ ਦੀ ਕਿਤਾਬੀ ਸ਼ਬਦਾਵਲੀ ਲਿਖੀ ਹੋਵੇ ਉਹਨੂੰ ਤੁਸੀਂ ਹੂਬ ਹੂ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰੋ ਜਾਂ ਗੂਗਲ ਦਾ ਸਾਰਾ ਲਓ ਤਾਂ ਉਹਦੇ ਵਿੱਚ ਵੀ ਬਹੁਤ ਕਮੀਆਂ ਰਹਿ ਜਾਂਦੀਆਂ ਨੇ ਤੇ ਇਹ ਤਾਂ ਹੈ ਗੁਰਬਾਣੀ ਹੂੰ ਸੋ ਉਹ ਜਿਹੜੇ ਗ੍ਰੰਥ ਉਹਨਾਂ ਨੇ ਟਰਾਂਸਲੇਟ ਕਰ ਦਿੱਤੇ ਆ ਉਹ ਉਹਦਾ ਨ ਵਿਤਨਮ ਵੀ ਹੋ ਗਿਆ ਹੂੰ ਉਹ ਲੋਕਾਂ ਦੇ ਵਿੱਚ ਚਲ ਵੀ ਗਏ ਆ ਮਾਰਕੀਟ ਦੇ ਵਿੱਚ ਵੀ ਜਾ ਚੁੱਕੇ ਆ ਸੋ ਉਹ ਉਹ ਇੱਕ ਤਰ੍ਹਾਂ ਦੇ ਪਰਦੋਸ਼ ਲੱਗਿਆ ਤੀਸਰਾ ਜਿਹੜਾ ਸਭ ਤੋਂ ਅਹਿਮ ਆ ਕਿ ਜਦੋਂ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹ ਜਿਹੜਾ ਨਾ ਕੰਮ ਕੀਤਾ ਇਹ ਗਲਤ ਆ ਤੁਹਾਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਣਾ ਕੌਮ ਦੇ ਵਿੱਚੋਂ ਛੇਕ ਦਿੱਤਾ ਜਾਣਾ ਤਾਂ ਇਹਨਾਂ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ ਉਲਟਾ ਇਹਨਾਂ ਨੇ ਇਹ ਕਿਹਾ ਕਿ ਜਿਹੜਾ ਪਹਿਲਾਂ ਜਿਨ੍ਹਾਂ ਨੇ ਕੀਤੇ ਸੀ ਤੁਸੀਂ ਉਹਨਾਂ ਦਾ ਕੀ ਕੀਤਾ ਜੀ ਸੋ ਮੇਰੀ ਨਿਗਾਹ ਦੇ ਵਿੱਚ ਇਹ ਸਭ ਤੋਂ ਵੱਡਾ ਦੋਸ਼ ਪਹਿਲਾਂ ਕਿਹਾ ਜਾਊਗਾ ਕਿ ਤੁਸੀਂ ਸਵਕਾਰੇ ਨਹੀਂ ਕੀਤਾ ਹੂੰ ਜੀ ਬਿਲਕੁਲ ਮੈਂ ਕੋਰਾ ਫਿਰ ਤੋਂ ਸਾਫ ਕਰ ਦੇਣਾ ਚਾਹੁੰਨਾ ਕਿ ਜਿਹੜਾ ਟਾਪਿਕ ਹੈ ਬਹੁਤ ਸੰਵੇਦਨਸ਼ੀਲ ਹੈ ਤੇ ਜਿਹੜੇ ਅਸੀਂ ਸਿਰਫ ਜੋ ਤੱਥ ਆਏ ਆ ਉਹਦੇ ਤੇ ਗੱਲਬਾਤ ਕਰ ਰਹੇ ਆ ਤੇ ਜੇ ਸਾਡੇ ਤਿੰਨਾਂ ਵੱਲੋਂ ਕਿਸੇ ਸ਼ਬਦ ਦੀ ਬਾਦਕਾਟ ਹੁੰਦੀ ਆ ਤਾਂ ਅਸੀਂ ਇੰਡਸ ਟੀਵੀ ਦੇ ਮਾਧਿਅਮ ਰਾਹੀਂ ਤਿੰਨਾਂ ਵੱਲੋਂ ਮੈਂ ਅਗਾਊਂ ਮਾਫੀ ਮੰਗਦਾ ਅੱਛਾ ਦਲਜੀਤ ਜੀ ਜਿੱਦਾਂ ਸਾੜਾ ਸਾਹਿਬ ਨੇ ਇਹਨੂੰ ਇਹਦੇ ਉੱਤੇ ਕਾਫੀ ਬਿਆਨ ਕੀਤਾ ਤੇ ਜਦੋਂ ਇਦਾਂ ਦੀ ਗੱਲਬਾਤ ਹੁੰਦੀ ਹੈ ਤਾਂ ਇੱਕ ਸਿੱਖ ਮਰਿਆਦਾ ਤੇ ਜਿੱਦਾਂ ਮੈਂ ਅੱਗੇ ਵੀ ਗੱਲ ਕੀਤੀ ਕਿ ਉੱਤੇ ਬਹੁਤ ਜ਼ਿਆਦਾ ਕਿੰਤੂ ਪਰੰਤੂ ਹੋਣਾਂ ਪਿੰਡ ਜੋ ਕਿ ਬਹੁਤ ਮਾੜੀ ਗੱਲ ਹੈ ਸਿੱਖ ਮਰਿਆਦਾ ਤੇ ਗੱਲਬਾਤ ਕਰਨੀ ਉੱਥੇ ਕਿੰਤੂ ਪਰੰਤੂ ਕਰਨਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਕਰਨਾ ਚਾਹੁੰਦੇ ਇਹ ਦੇਖੋ ਇਸੇ ਲਈ ਤਾਂ ਅਕਾਲ ਤਖਤ ਸਾਹਿਬ ਜਿਹੜਾ ਕਿ 6ਵੇਂ ਪਾਤਸ਼ਾਹ ਨੇ ਸਾਨੂੰ ਦਿੱਤਾ ਕਿ ਆਪਣੇ ਤੁਸੀਂ ਉੱਥੇ ਜੋ ਵੀ ਕੁਝ ਹੁੰਦੇ ਮਤ ਭੇਜਦਾ ਜਾਂ ਕੁਝ ਵੀ ਪ੍ਰੋਬਲਮ ਆਉਂਦੀ ਹੈ ਉੱਥੇ ਤੁਸੀਂ ਹੱਲ ਕਰਨੀ ਆ ਤੇ ਇਸ ਬਿਲਲੇ ਜਿਹੜਾ ਮੁੱਦਾ ਉੱਥੇ ਪਹੁੰਚ ਚੁੱਕਾ ਆ ਇਸ ਕਰਕੇ ਸਾਡੀ ਜਿਹੜੀ ਗੱਲ ਆ ਉਹ ਤਾਂ ਬਾਅਦ ਦੀ ਗੱਲ ਆ ਕਿਉਂਕਿ ਉੱਥੇ ਵਿਦਵਾਨ ਲੋਕ ਬੰਦੇ ਨੇ ਗੁਰਬਾਣੀ ਦੇ ਜਾਣਕਾਰ ਲੋਕ ਬੰਦੇ ਨੇ ਲਗਾ ਮਾਤਰਾ ਦੇ ਵਿੱਚ ਬਿੰਦੀਆਂ ਦੇ ਵਿੱਚ ਬਿੰਦੀਆਂ ਜਿਆਦਾ ਤਰੋਂ ਨੇ ਯੂਜ਼ ਕੀਤੀਆਂ ਆ ਤੇ ਉਹਦੇ ਲਈ ਵੀ ਦੇਖੋ ਪਹਿਲਾਂ ਵੀ ਇਹ ਸਮੱਸਿਆਵਾਂ ਆਉਂਦੀਆਂ ਰਹੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ-ਸਮੇਂ ਦੇ ਉੱਤੇ ਕਮੇਟੀਆਂ ਬਣਾਈਆਂ ਵੀ ਆ 1977 ਦੇ ਵਿੱਚ ਬਣੀ ਆ 1996 ਦੇ ਵਿੱਚ ਵੀ ਬਣੀ ਆ ਤੇ ਉਹ ਜਿਹੜਾ ਥਮਿੰਦਰ ਸਿੰਘ ਅਨੰਦ ਆ ਉਹ ਵੀ ਇਹ ਕਹਿ ਰਿਹਾ ਕਿ ਇਹ ਜਿਹੜੀ ਪ੍ਰਾਣੀਆਂ ਕਮੇਟੀਆਂ ਦਾ ਮੈਂ ਕਹਿ ਰਿਹਾ ਉਹ ਵੀ ਕੁਝ ਇਫੈਕਟ ਜਿਹੜੇ ਆ ਦੱਸ ਰਹੇ ਆ ਪਰ ਨਾਲ ਦੀ ਨਾਲ ਇਹ ਸਭ ਕਾਰਜ ਜ਼ਰੂਰ ਕਰਨਾ ਚਾਹੀਦਾ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮੇ ਭਾਵੇਂ ਕਿ ਕਾਫੀ ਪੁਰਾਣਾ ਮਸਲਾ ਜੀ ਕਿ ਤੁਸੀਂ ਜਿਹੜੇ ਕਿਉਂਕਿ ਜਿਹੜੇ ਜਦੋਂ ਭਾਈ ਰਣਜੀਤ ਸਿੰਘ ਹੁਣੀ ਹੁੰਦੇ ਸੀ ਉਹਨਾਂ ਨੇ ਹੁਕਮਨਾਮਾ ਇਹ ਕਰ ਦਿੱਤਾ ਸੀ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਆ ਉਹਨਾਂ ਨੂੰ ਛਾਪਣ ਦਾ ਅਧਿਕਾਰ ਸਿਰਫ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਅੰਮ੍ਰਿਤਸਰ ਸਾਹਿਬ ਤੇ ਦੂਜਾ ਦਿੱਲੀ ਵਾਲੀ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਕੋਲ ਹੀ ਅਧਿਕਾਰ ਆ ਜਦੋਂ ਦੋਨਾਂ ਦੇ ਕੋਲ ਅਧਿਕਾਰ ਆ ਫਿਰ ਇੱਕ ਥਰਡ ਪਰਸਨ ਨੂੰ ਇਹ ਚਾਹੀਦਾ ਹੀ ਨਹੀਂ ਕਿ ਤੁਸੀਂ ਇਦਾਂ ਕਰੋ ਹੁਣ ਦੂਜੇ ਪਾਸੇ ਜੀਯੂਸ ਦੀ ਆਪਾਂ ਗੱਲ ਲਾ ਲਈਏ ਕਿ ਜੀਯੂਸ ਉਹਨਾਂ ਦਾ ਜਿਹੜਾ ਪਵਿੱਤਰ ਗ੍ਰੰਥ ਆ ਉਹ 2000 ਸਾਲ ਤੋਂ ਹੂਬ-ਹੂ ਉਹੀ ਕਰਦੇ ਆ ਉਹਦੇ ਵਿੱਚ ਲਗਾਤਾਰ ਕੁਝ ਵੀ ਨਹੀਂ ਫਰਕ ਪਿਆ ਅਜੇ ਤੱਕ ਪਰ ਸਾਡੇ ਵਿੱਚ ਇਹ ਸਮੱਸਿਆਵਾਂ ਆ ਗਈਆਂ ਪਰ ਉਹਦੇ ਨਾਲ ਇਹ ਆ ਕਿ ਸਾਡਾ ਜਿਹੜਾ ਧਰਮ ਆ ਧਰਮ ਦੇ ਵਿੱਚ ਜੋ ਸਾਡੇ ਮਰਿਆਦਾ ਆ ਉਹਦਾ ਜਦੋਂ ਤੁਸੀਂ ਕਹਿੰਦੇ ਕਿ ਕਿੰਤੂ ਪ੍ਰੰਤੂ ਕਰਨ ਦਾ ਕੁਛ ਨਹੀਂ ਹੁੰਦਾ ਪਰ ਇਹ ਜਿਹੜੀਆਂ ਸਮੱਸਿਆਵਾਂ ਆ ਮੈਨੂੰ ਲੱਗਦਾ ਕਿ ਕਾਲ ਤਾਕਤ ਸਾਹਿਬ ਦੇ ਉੱਤੇ ਉਹਨਾਂ ਨੇ ਜੱਥੇਬੰਦੀਆਂ ਵੀ ਸਾਰੀਆਂ ਸੱਦੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਪਰ ਥਮਿੰਦਰ ਸਿੰਘ ਆਨੰਦ ਉਹਨਾਂ ਨੂੰ ਵੀ ਇਹ ਚਾਹੀਦਾ ਆ ਵੀ ਉਹ ਸਪੋਰਟ ਕਰਨ ਕਿਉਂਕਿ ਆਪਾਂ ਨੂੰ ਇੱਕ ਸੁਪਰੀਮ ਅਥਾਰਟੀ ਮਿਲੀ ਆ ਉੱਥੇ ਕੇ ਅਸੀਂ ਅਕਾਲ ਤਾਕਤ ਦੇ ਨੁਸਾਰ ਚਕਾਉਣਾ ਜੀ ਉੱਥੇ ਵਿਦਵਾਨਾਂ ਦੀ ਕਮੇਟੀ ਬੈਠਦੀ ਆ ਜਿਨ੍ਹਾਂ ਨੂੰ ਕੇ ਸੰਪੂਰਨ ਜਾਣਕਾਰੀ ਆ ਜਿੱਥੇ ਉਹਨਾਂ ਦੇ ਕਿੰਤੂ ਪਰੰਤੂ ਬਹਿ ਕੇ ਆਪਾਂ ਮਸਲੇ ਹੱਲ ਕਰੀਏ ਮੈਨੂੰ ਲੱਗਦਾ ਸਿੱਖੀ ਇਸਮ ਦਾ ਸਭ ਤੋਂ ਪਹਿਲਾ ਜਿਹੜੀ ਗੱਲ ਆ ਉਹ ਇੱਥੋਂ ਹੀ ਸ਼ੁਰੂ ਹੁੰਦੀ ਆ ਬਿਲਕੁਲ ਬਿਲਕੁਲ ਇਹ ਜਿਹੜੇ ਮਸਲੇ ਆ ਮੈਂ ਰੱਖਿਆ ਲੈ ਇੰਨੇ ਵਦਨ ਤੀਜ ਬਜਾਏ ਜੇਕਰ ਇਹਨਾਂ ਨੂੰ ਗੱਲਬਾਤ ਨਾਲ ਜਾਂ ਇੱਕ ਦੂਜੇ ਨਾਲ ਵਿਚਾਰ ਵਟਾਂਦਰੇ ਨਾਲ ਹੱਲ ਕੀਤਾ ਜਾਵੇ ਤਾਂ ਸਾਡੇ ਸਭ ਕੁਝ ਕਹਿਣਾ ਚਾਹੋਗੇ ਜੀ ਬਿਲਕੁਲ ਜੀ ਦਲਜੀਤ ਜੀ ਨੇ ਵੀ ਕਾਫੀ ਡਗਾਈ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਆ ਥੋੜਾ ਜਿਹਾ ਮੈਂ ਹੋਰ ਇਹਦੇ ਵਿੱਚ ਪਾਉਂਦਾ ਚੱਲਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਖਰਵਾਦਾ ਘਾਟਾ ਕੋਈ ਹੋ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਮੈਂ ਵੀ ਅ ਅਖਰ ਪਾਉਣ ਤੋਂ ਪਹਿਲਾਂ ਮੈਂ ਤਾਂ ਕਿਤਾਬੀ ਅਖਰ ਪਾ ਸਕਦਾ ਜਾਂ ਆਪਣੇ ਸ਼ਬਦ ਪਾ ਸਕਦਾ ਆ ਜੀ ਅ ਕੁਝ ਵੀ ਅਖਰ ਉਚਾਰਨੀਮਾ ਹੋ ਜਾਇਆ ਤਾਂ ਉਹਦੇ ਲਈ ਮੈਂ ਸ਼ੁਰੂਆਤ ਦੇ ਵਿੱਚ ਮਾਫੀ ਮੰਗਦਾ ਜੀ ਅ ਦੋ ਚੀਜ਼ਾਂ ਦੇ ਵਿੱਚ ਮੈਂ ਜ਼ਰੂਰ ਦੱਸਦਾ ਚੱਲਾਂ ਕਿ ਦੇਖੋ ਅ ਐਸ ਵੇਲੇ ਜਦੋਂ ਕਿਸੇ ਨੂੰ ਪੰਥ ਦੇ ਵਿੱਚੋਂ ਜਦੋਂ ਛੇਕਿਆ ਜਾਂਦਾ ਤਾਂ ਉੱਥੇ ਸਭ ਤੋਂ ਪਹਿਲਾ ਦੋਸ਼ ਇਹ ਹੀ ਹੁੰਦਾ ਕਿ ਜੀ ਇਹਨੇ ਮर्यादा ਭੰਗ ਕਰਤੀ ਸਿੱਖ ਮर्यादा ਭੰਗ ਕਰਤੀ ਹੂੰ ਦੇਖੋ ਸਿੱਖ ਮर्यादा ਹੈ ਕੀ ਆ ਜੇ ਇਹਨੂੰ ਆਪਾਂ ਬਹੁਤਾ ਜਿਆਦਾ ਨਾ ਔਖਾ ਨਾ ਕਰੀਏ ਇੱਕ ਆਰਾਮ ਦੇ ਨਾਲ ਸਰਲ ਜਿਹੇ ਸ਼ਬਦਾਂ ਵਿੱਚ ਸਮਝਾਉਣਾ ਵੇ ਕਿ ਸਿੱਖ ਮर्याਦਾ ਹੁੰਦੀ ਕੀ ਆ ਜੀ ਉਹ ਇਕੱਲੀ ਸਿੱਖ ਮर्याਦਾ ਨਹੀਂ ਉਹ ਬਾਕੀ ਧਰਮਾਂ 'ਚ ਵੀ ਲਾਗੂ ਹੁੰਦੀ ਆ ਮर्याਦਾ ਕਹਿ ਲਓ ਕਿ ਇੱਕ ਇਹੋ ਜਿਹਾ ਬੈਰੋਮੀਟਰ ਆ ਜੀ ਜਿਹਦੇ ਤੋਂ ਅਸੀਂ ਇਹ ਪਰਖ ਸਕਦੇ ਆ ਕਿ ਅਸੀਂ ਉਸ ਚੀਜ਼ ਦੇ ਕਿੰਨਾ ਨੇੜੇ ਆ ਸਾਡੇ ਕੋਲ ਚੀਜ਼ ਕੀ ਆ ਸਾਡੀ ਬਾਣੀ ਜੀ ਜਿਹੜੀ ਕਾਮ ਸਾਡੀ ਸਿੱਖੀ ਪੜਦੀ ਆ ਕਿ ਅਸੀਂ ਉਹਦੇ ਕਿੰਨਾ ਕੁ ਲੱਗੇ ਆ ਜਾਂ ਕਿੰਨਾ ਕੁ ਦੂਰ ਹੋ ਗਏ ਆ ਹੋਰ ਇਹ ਤੋਂ ਨਾ ਤਾਂ ਕੁਝ ਉਰੇ ਆ ਤੇ ਨਾ ਹੀ ਕੁਝ ਪਰੇ ਆ ਹੁਣ ਜਦੋਂ ਕਹਿੰਦੇ ਵੀ ਮਰਾਦਾ ਭੰਗ ਹੋ ਗਈ ਉਹ ਤੇ ਤੁਹਾਨੂੰ ਤਿੰਨ ਚਾਰ ਮੈਂ ਦੱਸੇ ਨੇ ਕਾਰਨ ਕਾ ਲੇ ਉਹ ਕਿਹਾ ਕਿ ਮਰਾਦਾ ਭੰਗ ਹੋ ਗਈ ਤੇ ਤੁਹਾਨੂੰ ਸ਼ੇਖ ਦਿੱਤਾ ਜਾਏਗਾ ਜੀ ਦੇਖੋ ਇਹਦੇ ਵਿੱਚ ਤਿੰਨ ਕਿ ਚੀਜ਼ਾਂ ਮੈਂ ਹੋਰ ਬਾਦਮਾ ਜਲਦੀ ਦੇ ਨਾਲ ਜੇ ਦੋ ਕਮੈਂਟ ਤਾਂ ਮੈਨੂੰ ਸਮਾਂ ਦਿਓ ਜੀ ਅ ਜਿਸ ਤਰ੍ਹਾਂ ਦਲਜੀਤ ਜੀ ਨੇ ਕਿਹਾ ਕਿ ਜ਼ਿਆਦਾਤਰ ਤਤ ਅਧਿਕਾਰ ਸ਼੍ਰੋਮਣੀ ਕਮੇਟੀ ਕੋ ਹੋਣਾ ਚਾਹੀਦੇ ਆ ਬਾਹਰ ਹੀ ਕਿਸੇ ਬੰਦੇ ਨੂੰ ਦਖਲ ਨਹੀਂ ਦੇਣੀ ਚਾਹੀਦੀ ਪਰ ਇਹਦੇ ਵਿੱਚ ਕੁਝ ਕਾਰਨ ਬਣਦੇ ਨੇ ਜੇ ਮੰਨ ਲਓ ਆਪਾਂ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਚਲੇ ਜਾਈਏ ਪਿੰਡ ਦੇ ਆਪਾਂ ਜੇ ਕਿਸੇ ਗੁਰਦੁਆਰੇ ਚਲੇ ਚਲੇ ਜਾਈਏ ਤਾਂ ਉੱਥੇ ਕੀ ਹੁੰਦਾ ਹੈ ਇੱਕ ਤਾਂ ਇੱਕ ਆਪਾਂ ਸਿੱਖ ਐਜ਼ ਅ ਸਿੱਖ ਸਿੱਖ ਦਾ ਮਤਲਬ ਇਹ ਨਹੀਂ ਕਿ ਦਿਨੇ ਦਸਤਾਰ ਸਜਾਈਆ ਜਾਂ ਕਕਾਰ ਪਾਇਆ ਹੋਣੀ ਸਿੱਖ ਜੋ ਸਿੱਖੀ ਨੂੰ ਸਮਰਪਤ ਹੈ ਜੀ ਠੀਕ ਹੈ ਇੱਕ ਤੁਸੀਂ ਸਿੱਖ ਹੁੰਨੇ ਹੋ ਦੂਸਰਾ ਉੱਥੇ ਤੁਹਾਡੇ ਕੋਲ ਗੁਰੂ ਘਰ ਹੁੰਦਾ ਤੇ ਤੀਸਰਾ ਤੁਹਾਡੇ ਸਾਹਮਣੇ ਜਿਹੜੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਏ ਹੁੰਦੇ ਨੇ ਜੀ ਹੁਣ ਉੱਥੇ ਕੋਈ ਦਿੱਕਤ ਨਹੀਂ ਹੈਗੀ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਸਿਆਪਾ ਨਹੀਂ ਹੁੰਦਾ ਕਿ ਅਸੀਂ ਇਹ ਸੋਚੀਏ ਕਿ ਇਹ ਤਾਂ ਜੀ ਫਲਾਨਿਆਂ ਦਾ ਗੁਰੂ ਘਰ ਆ ਜਾ ਇਹ ਫਲਾਨਿਆਂ ਦਾ ਗੁਰੂ ਘਰ ਆ ਪਰ ਜਦੋਂ ਹੁਣ ਆਪਾਂ ਵਿਦੇਸ਼ਾਂ ਦੇ ਵਿੱਚ ਆ ਕੇ ਗੱਲ ਕਰਦੇ ਹਾਂ ਚਾਹੇ ਅਸੀਂ ਆਪਣੇ ਅਥ ਅਸਟ੍ਰੇਲੀਆ ਦੀ ਕਰ ਲਈਏ ਚਾਹੇ ਅਸੀਂ ਕੈਨੇਡਾ ਚ ਨਿਊਜ਼ੀਲੈਂਡ ਜਾਂ ਯੂਰਪ ਦੀ ਕਰ ਲਈਏ ਉੱਥੇ ਇਹ ਵਾਲੀ ਪ੍ਰਥਾ ਜਿਆਦਾ ਕਹਿ ਲੋ ਕਿ ਭਾਰੂ ਪੈ ਗਈ ਹੈ ਕਿ ਜਿਹੜੇ ਗੁਰਦੁਆਰਾ ਸਾਹਿਬਾਨ ਆ ਇਹਨਾਂ ਦੀ ਮਲਕੀਅਤ ਆਪਣੇ ਨਾਂ ਤੇ ਕਰਵਾ ਲਈ ਹੈ। ਹੂੰ ਇਹਨਾਂ ਦੇ ਉੱਪਰ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਨਾ ਹੋਣ ਕਰਕੇ ਵੀ ਇਹ ਵਾਲੀਆਂ ਫਿਰ ਸਮੱਸਿਆਵਾਂ ਮਾਉਣੀਆਂ ਇਹੋ ਜਿਹਾ ਸਾਕਸ਼ ਸਾਡੇ ਕੋਲ ਸਾਹਮਣੇ ਆਈ ਜਾਂਦੇ ਨੇ। ਜੀ ਹੁਣ ਆ ਸਾਡੇ ਮਾਨਯੋਗ ਨੇ ਮਾਸਟਰ ਤਾਰਾ ਸਿੰਘ ਜੀ ਜੀ ਦਲਜੀਤ ਜੀ ਕਾਫੀ ਵਾਰ ਇਹਨਾਂ ਮਾਨਯੋਗ ਦਾ ਨਾਮ ਲੈਂਦੇ ਹੁੰਦੇ ਨੇ। ਹੂੰ ਤਾਰਾ ਸਿੰਘ ਜੀ ਨੇ ਕਿਹਾ ਕਿ ਗਲਤੀ ਕਰਨਾ ਤੇ ਜਦੋਂ ਗਲਤੀ ਸਮਝ ਆਵੇ ਤਾਂ ਸਮਝ ਲੈਣਾ ਚਾਹੀਦਾ ਕਿ ਅਸੀਂ ਅੱਧੀ ਠੀਕ ਕਰ ਲਈ ਹੂੰ ਤੇ ਦੂਸਰਾ ਤੇ ਜਦੋਂ ਅਸੀਂ ਗਲਤੀ ਮੰਨ ਲਈਏ ਤਾਂ ਸਮਝ ਲਓ ਕਿ ਪੂਰੀ ਦੀ ਪੂਰੀ ਠੀਕ ਹੋ ਗਈ ਆ। ਸੋ ਛੇਕਣਾ ਜਦ ਇਹ ਆਪਾਂ ਸ਼ਬਦ ਵਰਤਦੇ ਨੇ ਤੁਹਾਨੂੰ ਬੜਾ ਤਿੱਖਾ ਲੱਗਦਾ ਆ। ਮੈਂ ਹੁਣ ਇਹਨੂੰ ਖਤਮ ਕਰਨਾ ਚਾਹਾਂਗਾ। ਛੇਕਣ ਦਾ ਮਤਲਬ ਸਿੱਖ ਮਰਿਆਦਾ ਦੇ ਵਿੱਚ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਗਰ ਉਹਨਾਂ ਨੂੰ ਛੇਕਿਆ ਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਸ ਬੰਦੇ ਨੂੰ ਆਪਣੇ ਕੌਮ ਦੇ ਵਿੱਚੋਂ ਛੇਕ ਦਿੱਤਾ ਜਾਂ ਜਦ ਕਿ ਸਾਡੇ ਦਿਮਾਗ ਦੇ ਵਿੱਚ ਇਹੀ ਧਾਰਨਾ ਬੰਦ ਲਾਉ ਜੀ ਉਹਨੂੰ ਕੌਮ ਦੇ ਵਿੱਚੋਂ ਛੇਕ ਦਿੱਤਾ ਤੇ ਇਸ ਤਰ੍ਹਾਂ ਦੇ ਉੱਥੇ ਇਹ ਸ਼ਬਦ ਵੀ ਵਰਤ ਲੈ ਜਾਂਦੇ ਨੇ ਛੇਕਣ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਜਥੇਦਾਰ ਦਾ ਜਾਂ ਉਸ ਕੌਮ ਦੇ ਮੁਖੀ ਦਾ ਸੰਗਤ ਸਿੱਖ ਸੰਗਤ ਦੇ ਨਾਂ ਤੇ ਇਹ ਸੰਦੇਸ਼ ਜਾ ਰਿਹਾ ਕਿ ਇਸ ਬੰਦੇ ਨੇ ਇਹ ਕੁਰਕਮ ਕੀਤਾ ਜਾਂ ਇਹ ਬੇਅਦਬੀ ਕੀਤੀ ਆ ਤੁਸੀਂ ਇਹਦੇ ਨਾਲ ਰਾਬਤਾ ਨਾ ਬਣਾਓ ਜਾਂ ਇਹਦੇ ਨਾਲ ਜਿਹੜੀ ਸੰਗਤ ਕਰਦੇ ਨੇ ਜਿਹੜੇ ਇਸ ਤਰ੍ਹਾਂ ਦੀ ਸੋਚ ਰੱਖਦੇ ਨੇ ਉਹਨਾਂ ਦੇ ਨਾਲ ਵੀ ਆਪਣੀ ਉੱਠਣੀ ਬੈਠਣੀ ਤੋਂ ਦੂਰ ਹੋ ਜਾਓ ਹੋਰ ਸਿੱਖਣ ਦਾ ਕੋਈ ਬਹੁਤਾ ਕਹ ਲਓ ਕਿ ਵੱਡਾ ਜਾਂ ਗੰਭੀਰ ਮਤਲਬ ਨਹੀਂ ਹੁੰਦਾ ਮੈਂ ਇੱਕ ਵਾਰ ਫਿਰ ਤੋਂ ਜੇਕਰ ਸਾਡੇ ਤਿੰਨਾਂ ਤੋਂ ਕੋਈ ਕਿਸੇ ਅਖਰ ਦੀ ਬਾਤ ਘਾਟ ਹੋਈ ਤੇ ਇੱਕ ਵਾਰ ਫਿਰ ਤੋਂ ਮਾਫੀ ਮੰਗਣੀ ਚਾਹੂੰਗਾ ਤੇ ਜੇਕਰ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਮਨਜੀਤ ਬੋਪਰਾਏ ਹੁਣੀ ਮੇਜਰ ਹੇਅਰ ਹੁਣੀ ਉਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਲਵੀ ਖੱਤੇ ਹੀ ਹੋਣਾਂ ਦੀ ਟਿੱਪਣੀ ਆਈ ਹੈ ਉਹ ਪਟਿਆਲਾ ਦੀ ਘਟਨਾ ਦੀ ਗੱਲ ਕਰ ਰਹੇ ਖਤਰੀ ਸਾਹਿਬ ਅਸੀਂ ਇਹਦੇ ਤੇ ਚਰਚਾ ਕਰ ਚੁੱਕੇ ਹਾਂ ਤੁਸੀਂ ਮੇਰੇ ਨਾਲ ਸ਼ੁਰੂ ਤੋਂ ਜਿਹੜਾ ਪ੍ਰੋਗਰਾਮ ਥੋੜਾ ਜਿਹਾ ਮਿਸ ਕਰ ਗਏ ਉਹਦੇ ਵਿੱਚ ਅਸੀਂ ਚਰਚਾ ਕੀਤੀ ਹੈ ਕੋਸ਼ਿਸ਼ ਕਰਿਓ ਕਿ ਪ੍ਰੋਗਰਾਮ ਤੋਂ ਅਸੀਂ ਸ਼ੁਰੂ ਤੋਂ ਸੁਣ ਕੇ ਉਹਦੇ ਬਾਰੇ ਦਰਜੀਜੀ ਤੇ ਲਸਾੜਾ ਸਾਹਿਬ ਦੇ ਵਿਚਾਰ ਜ਼ਰੂਰ ਸੁਣਿਓ ਤੇ ਪ੍ਰੋਗਰਾਮ ਦਾ ਦਿਲਜੀਤ ਜੀ ਜਿਹੜਾ ਸਮਾਂ ਆ ਉਹ ਤਕਰੀਬਨ ਮੁਕੰਮਲ ਆ ਪਰ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਜਦੋਂ ਲਸਾੜਾ ਸਾਹਿਬ ਬੈਠੇ ਹੁੰਦੇ ਆ ਤਾਂ ਇਹਨਾਂ ਜਿਹੜਾ ਫੇਵਰੇਟ ਲੀਡਰ ਆ ਸਿੱਧੂ ਸਾਹਿਬ ਉਹਨਾਂ ਤੋਂ ਬਿਨਾ ਪ੍ਰੋਗਰਾਮ ਖਤਮ ਹੋ ਨਹੀਂ ਸਕਦਾ ਤੇ ਉਹਨਾਂ ਦੇ ਬਾਰੇ ਮੈਂ ਗੱਲਬਾਤ ਜ਼ਰੂਰੀ ਕਰਨੀ ਚਾਹੁੰਗਾ ਕਿਉਂਕਿ ਕਹਿੰਦੇ ਕਿ ਹੁਣ ਵਾਰੀ ਸਿੱਧੂ ਦੀ ਤੇ ਹਰੀਸ਼ ਚੌਧਰੀ ਉਹਨਾਂ ਨੇ ਚਿੱਠੀ ਕੱਢੀ ਆ ਕਿ ਸਿੱਧੂ ਸਾਹਿਬ ਖਿਲਾਫ ਜਿਹੜੀ ਕਾਰਵਾਈ ਆ ਜਿਹੜੀ ਪਾਰਟੀ ਵਿਰੋਧੀ ਗਤੀਵਿਧੀਆਂ ਦੀ ਇਹ ਕਰਦੇ ਆ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਕੀ ਕਹਿਣਾ ਚਾਹੋਗੇ ਇਕੋ ਬਹੁਤ ਜਿਆਦਾ ਸ਼ਾਇਦ ਸਮਾਂ ਲਿਆ ਉਹਨਾਂ ਨੇ ਉਹ ਤਾਂ ਜਿੱਦਾਂ ਕਹਿ ਲਓ ਵੀ ਹੁਣ ਪਾਣੀ ਸਿਰ ਤੋਂ ਗੁਜ਼ਰ ਗਿਆ ਕਿਉਂਕਿ ਪਹਿਲਾਂ ਪਿਛਲੇ 5 ਸਾਲ ਇਹ ਰਹੇ ਆ ਨਵਜੋਤ ਸਿੰਘ ਸਿੱਧੂ ਸਾਹਿਬ ਨੋ ਡਾਊਟ ਕਿ ਇਹਨਾਂ ਉੱਤੇ ਕੋਈ ਦੋਸ਼ ਨਹੀਂ ਲੱਗਦਾ ਇਦਾਂ ਦਾ ਕਿ ਇਹਨਾਂ ਨੇ ਕੋਈ ਕਰਾਪਸ਼ਨ ਕਰ ਲਈ ਆ ਜਾਂ ਕੁਝ ਹੈ ਇੱਕੋ ਇੱਕ ਇਹਨਾਂ ਦੇ ਉੱਤੇ ਦੋਸ਼ ਆ ਵੀ ਇਹ ਕਈ ਵਾਰੀ ਜ਼ਿਆਦਾ ਬੋਲ ਦਿੰਦੇ ਆ ਉਹ ਜ਼ਿਆਦਾ ਜਿਹੜਾ ਬੋਲਣਾ ਹੈ ਦੂਜਾ ਇਹ ਇਹ ਹੋ ਜਾਂਦਾ ਕਿ ਇਹਨਾਂ ਦੇ ਜਿਹੜੇ ਮਿੱਤਰ ਆ ਉਹ ਵੀ ਸ਼ਰੀਕ ਬਣ ਜਾਂਦੇ ਜੀ ਅੱਜ ਤੱਕ ਇਹਨਾਂ ਦਾ ਕੋਈ ਮਿੱਤਰ ਇਦਾਂ ਦਾ ਨਹੀਂ ਬਣ ਪਾਇਆ ਵੀ ਜਿਹੜਾ ਇਹਨਾਂ ਦੇ ਨਾਲ ਖੜਾ ਹੋਵੇ ਵੀ ਪਹਿਲਾਂ ਬਹੁਤ ਮਿੱਤਰ ਸੀ ਚਾਹੇ ਜਿੰਨੀਆਂ ਹੀ ਮਾਨੀ ਲਸਾਣਾ ਸਾਹਿਬ ਹੈਗੇ ਆ ਤੇ ਜਿੰਨੇ ਵੀ ਖੜੇ ਦੇਖਦੇ ਆਵੇਂ ਕਿੰਨਾ ਚਿਰ ਚੱਲਦੇ ਆ ਫਿਰ ਇਹ ਕਿਉਂਕਿ ਇੱਕ ਸਮਾਂ ਆਉਂਦਾ ਫਿਰ ਉਹ ਛੱਡ ਜਾਂਦੇ ਕਿਉਂਕਿ ਉਹ ਫਿਰ ਕਿਸੇ ਨੂੰ ਵਾਕਸ਼ ਦੇ ਨਹੀਂ ਪਰ ਹੁਣ ਹਰੀਸ਼ ਚੌਧਰੀ ਉਹਨਾਂ ਨੇ ਕਿਹਾ ਵੀ ਹੁਣ ਕਿਉਂਕਿ ਮਲਾਂਕਣ ਵੀ ਕਰਦੇ ਪਏ ਆ ਪਹਿਲਾਂ ਸੁਨੀਲ ਜਾਖੜ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਫੈਸਲਾ ਲਿਆ ਆ ਤੇ ਉਹਨਾਂ ਦੇ ਉੱਤੇ ਪਹਿਲਾਂ ਅਨੁਸ਼ਾਸਨੀ ਕਮੇਟੀ ਨੇ ਤਾਂ ਇਹ ਕਿਹਾ ਸੀਗਾ ਵੀ ਬਹੁਤ ਵੱਡਾ ਫੈਸਲਾ ਇਹਨੂੰ ਹੋ ਸਕਦਾ ਕਿ 2 ਸਾਲਾਂ ਲਈ ਮੁਅਤ ਜੀ ਪਰ ਫੇਰ ਵੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਸਿਰਫ ਅਹੁਦਿਆਂ ਤੋਂ ਫਰਕ ਕੀਤਾ ਜਾਂਦਾ ਤੇ ਹਾਸੋ ਹੀ ਨਹੀਂ ਗੱਲ ਇਹ ਹੈ ਕਿ ਉਹਨਾਂ ਕੋਲ ਅਹੁਦਾ ਹੈ ਹੀ ਕੋਈ ਨਹੀਂ ਸੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਵੀ ਤੁਸੀਂ ਜਿਹੜਾ ਆ ਅਸੀਂ ਤੁਹਾਡੇ ਤੋਂ ਕੱਢੇ ਕੱਢ ਵੀ ਸਕਦੇ ਸੀ ਪਰ ਅਸੀਂ ਫੇਰ ਵੀ ਤੁਹਾਨੂੰ ਰਾਇਤ ਦਿੱਤੀ ਹੈ ਇੱਕ ਸੀਨੀਅਰ ਲੀਡਰ ਹੋਣ ਕਰਕੇ ਹੁਣ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਲਈ ਇਹਨਾਂ ਨੇ ਚਿੱਠੀ ਤਾਂ ਲਿਖ ਦਿੱਤੀ ਆ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੈਸੇ ਕਿਹਾ ਪਹਿਲੀ ਵਾਰ ਸ਼ਾਇਦ ਇਹ ਕਿਹਾ ਕਹਿੰਦੇ ਮੈਂ ਬਖਤੌਣ ਤੇ ਹੀ ਬੋਲਦਾ ਹੁੰਦਾ ਪਰ ਕਈ ਵਾਰੀ ਇਹ ਬਖਤੌਣ ਤੋਂ ਪਹਿਲਾਂ ਬੋਲ ਦਿੰਦੇ ਆ ਇਸ ਵਾਰ ਇਹਨਾਂ ਨੇ ਕਿਹਾ ਵੀ ਬਖਤ ਦੇ ਬੋਲਾਂਗਾ ਤੇ ਦੂਜਾ ਇਹ ਆ ਕਿ ਕਿਉਂਕਿ ਬੜਿੰਗ ਸਾਹਿਬ ਦੀ ਜਦੋਂ ਤਾਜਪੋਚੀ ਵੀ ਹੋਈ ਆ ਉਸ ਵੇਲੇ ਵੀ ਇਹਨਾਂ ਦਾ ਰਿਸਪੌਂਸ ਜਿਹੜਾ ਇ ਦੀ ਹੋਣੀ ਜਦੋਂ ਇੱਥੇ ਆਉਂਦੇ ਰਹੇ ਆ ਉਦੋਂ ਵੀ ਇਹਨਾਂ ਦਾ ਇੱਕ ਵਾਰੀ ਉੱਥੇ ਸੱਦਿਆ ਗਿਆ ਜਦੋਂ 골ਡੀ ਹੁਣੀ ਸੀਗੇ ਉਹਨਾਂ ਦੀ ਸਟੇਜ ਦੀ ਰੈਲੀ ਸੀ ਇਲੈਕਸ਼ਨ ਦੀ ਤੇ ਉਸ ਵੇਲੇ ਇਹਨਾਂ ਨੂੰ ਬੁਲਾਇਆ ਗਿਆ ਕਿ ਤੁਸੀਂ ਆਓ ਤੇ ਬੋਲੋ ਕੁਝ ਤੇ ਗਏ ਹੀ ਨਹੀਂ ਉੱਥੇ ਕਹਿੰਦੇ ਬਸ ਠੀਕ ਹੈ ਜੀ ਤੇ ਇਹਦਾ ਉਹਨਾਂ ਨੂੰ ਪਤਾ ਹੈ ਵੀ ਕਿੰਦਾ ਦਾ ਬਿਹੇਵ ਕਰਦੇ ਆ ਬਿਲਕੁਲ ਪਰ ਦੂਜਾ ਇਹ ਹੈ ਕਿ ਉਹਨਾਂ ਨੂੰ ਕਾਂਗਰਸ ਨੂੰ ਵੀ ਡਰਿਆ ਕਿ ਇਹ ਹੋ ਸਕਦਾ ਵੀ ਇੱਕ ਬੁਲਾਰਾ ਬਹੁਤ ਵਧੀਆ ਦੂਜਾ ਹੈ ਕਿ ਸਾਰੇ ਇੰਡੀਆ ਦੇ ਵਿੱਚ ਇਹਦੀ ਪਛਾਣ ਆ ਇਹਨੂੰ ਅਸੀਂ ਯੂਜ਼ ਕਰ ਸਕਦੇ ਆ ਪਰ ਕਿਸ ਢੰਗ ਦੇ ਨਾਲ ਯੂਜ਼ ਕਰਨਾ ਹੈ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਆ ਹੋ ਸਕਦਾ ਨਵੀਂ ਪਾਰਟੀ ਬਣਾ ਲੈਣ ਪ੍ਰਸ਼ਾਂਤ ਖਿਸ਼ੋਰ ਸਾਹਿਬ ਨਾਲ ਮਿਲਣ ਦੀਆਂ ਵੀ ਇਹਨਾਂ ਦੀਆਂ ਗੱਲਾਂ ਚੱਲਦੀਆਂ ਬਿਲਕੁਲ ਅ ਅੱਛਾ ਨਸਾਲਾ ਸਾਹਿਬ ਤੁਹਾਡੇ ਤੋਂ ਬਿਨਾ ਇਹ ਮੈਂ ਟੌਪਿਕ ਜਿਹੜਾ ਹੈ ਉਹ ਖਤਮ ਕਰ ਨਹੀਂ ਸਕਦਾ ਜਿੱਦਾਂ ਦਿਲਜੀਤ ਜੀ ਨੇ ਕਿਹਾ ਕਿ ਪ੍ਰਸ਼ਾਂਤ ਖਿਸ਼ੋਰ ਸਾਹਿਬ ਉਹਨਾਂ ਨੇ ਦਿੱਤੀ ਸੀਗਾ ਇਸ਼ਾਰਾ ਦਿੱਤਾ ਸੀ ਕਿ ਉਹ ਨਵੀਂ ਪਾਰਟੀ ਬਹੁਤ ਜਲਦੀ ਬਣਾ ਇਹ ਤੇ ਜੇਸ ਦਿਨ ਉਹਨਾਂ ਨੇ ਕਾਂਗਰਸ ਤੋਂ ਕਿਨਾਰਾ ਕੀਤਾ ਉਸੇ ਦਿਨ ਸਿੱਧੂ ਸਾਹਿਬ ਨੇ ਇਹ ਜਿਹੜੀ ਆਪਣੀ ਫੋਟੋ ਉਹਨਾਂ ਨਾਲ ਸ਼ੇਅਰ ਕੀਤੀ ਮੈਂ ਕਿਹਾ ਤੁਹਾਨੂੰ ਪੁੱਛਾਂ ਕਿ ਉਹਨਾਂ ਦੀ ਅਗਲੀ ਰਣਨੀਤੀ ਕੀ ਆ ਸਿੱਧੂ ਸਾਹਿਬ ਦੀ ਹੋ ਸਕਦਾ ਕਿ ਉਹ ਪ੍ਰਸ਼ਾਂਤ ਛੋੜ ਦੀ ਪਾਰਟੀ ਜਾਣ ਮੈਂ ਤਾਂ ਤੁਹਾਨੂੰ ਪੁੱਛਿਆ ਮੈਂ ਸ਼ਾਇਦ ਤੁਹਾਨੂੰ ਫੋਨ ਫੋਨ ਆਇਆ ਹੋਵੇ ਦੱਸਿਆ ਹੋਵੇ ਜੀ ਇਹ ਵੀ ਦੁੱਖ 14 ਦੇ ਵਿੱਚ ਖਤਮ ਕਰਦੇ ਚੱਲਦੇ ਆ ਮੈਂ ਅਗਲੀ ਰਣਨੀਤੀ ਫਿਰ ਉਹਨਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਹੀ ਨਜ਼ਰ ਕਰਾਂਗਾ ਜੀ ਮੈਂ ਕਿਉਂਕਿ ਤੁਸੀਂ ਹੁਣ ਨਾਲ ਦੀ ਸੀਟ ਤੇ ਮੈਨੂੰ ਬਿਠਾ ਦਿੱਤਾ ਸਿੱਧੂ ਸਾਹਿਬ ਦੇ ਤੇ ਮੈਂ ਨਹੀਂ ਅੱਜ ਬੋਲਣਾ ਸਿੱਧੂ ਸਾਹਿਬ ਦੇ ਉੱਪਰ ਜੋ ਮਰਜ਼ੀ ਹੋ ਜਾਏ ਅੱਜ ਸਾਰਾ ਕ੍ਰੈਡਿਟ ਦੇ ਆਊਗਾ ਦਲਜੀਤ ਨੂੰ ਪਰ ਦੋਛਾਤ ਮੈਂ ਜਿਹੜਾ ਸਾਡਾ ਪਹਿਲਾ ਵਿਸ਼ਾ ਚੱਲਦਾ ਸੀਗਾ ਜੀਤ ਮੇਰਾ ਕਹਾਤਾ ਸੀ ਮੈਂ ਉਹਦੇ ਉੱਪਰ ਹੋਰ ਵੀ ਬਹੁਤ ਕੁਝ ਦਰਸ਼ਕਾਂ ਸੰਸਮੋ ਕਰਾਂ ਉਹਦੇ ਵਿੱਚ ਇੱਕ ਸੰਦੇਸ਼ ਜ਼ਰੂਰ ਦੇਣਾ ਚਾਹਣਾ ਹੈ ਜੀ ਸਿੱਖੀ ਦੀ ਗੱਲ ਕੀਤੀ ਆ ਮਰਿਆਦਾ ਦੀ ਗੱਲ ਕੀਤੀ ਆ ਪਾਂਛੇ ਦੇ ਵਿੱਚੋਂ ਛੇਕਣ ਦੀ ਗੱਲ ਕੀਤੀ ਆ ਕਿਸ ਤਰ੍ਹਾਂ ਇਹ ਸਾਰਾ ਕੁਝ ਹੁੰਦਾ ਆ ਦੇਖੋ ਆ ਇਹ ਸਾਰਾ ਕੁਝ ਚੱਲਦਾ ਰਹਿਣਾ ਪਹਿਲਾਂ ਵੀ ਚੱਲਦਾ ਰਿਹਾ ਬਾਅਦ ਵਿੱਚ ਵੀ ਚੱਲਦਾ ਰਹਿਣਾ ਹੈ ਸਿੱਖੀ ਦੀ ਸ਼ੁਰੂਆਤ ਹੁਣ ਕਿੱਥੋਂ ਹੋਣੀ ਚਾਹੀਦੀ ਆ ਉਹ ਸਾਡੇ ਪਰਿਵਾਰਾਂ ਚ ਹੋਣੀ ਚਾਹੀਦੀ ਆ ਸੋ ਜਿਹੜੇ ਸਿੱਖ ਪਰਿਵਾਰ ਨੇ ਮੇਰਾ ਆਪਣਾ ਇਹ ਨਿੱਜੀ ਸੰਦੇਸ਼ ਆ ਜੀ ਸਾਡੇ ਜਿਹੜੇ ਸਿੱਖੀ ਨਾਲ ਸੰਬੰਧਿਤ ਪਰਿਵਾਰ ਨੇ ਜਿੱਥੇ ਲੱਗਦਾ ਕਿ ਸਿੱਖੀ ਦਾ ਬੂਟਾ ਲੱਗ ਸਕਦਾ ਆ ਉਹਨਾਂ ਪਰਿਵਾਰਾਂ ਨੂੰ ਆਪਣੇ ਬੱਚਿਆਂ ਲਈ ਦੋ ਤਰ੍ਹਾਂ ਦੀ ਸਿੱਖਿਆ ਮਨ ਕੇ ਚਲਣੀ ਚਾਹੀਦੀ ਹੈ ਸ਼ੁਰੂਆਤ ਤੋਂ ਹੀ ਜਨਮ ਤੋਂ ਹੀ ਜੀ ਪਹਿਲੀ ਸਿੱਖਿਆ ਗੁਰ ਸਿੱਖੀ ਦੀ ਤੇ ਦੂਜੀ ਸਿੱਖਿਆ ਗੁਰਮੁਖੀ ਦੀ ਯਾਨੀ ਕਿ ਪੰਜਾਬੀ ਦੀ ਜੇ ਇਹ ਦੋਨੋਂ ਸਿੱਖਿਆਵਾਂ ਕਿਸੇ ਪਰਿਵਾਰ ਚ ਚੱਲਣਗੀਆਂ ਤਾਂ ਸਿੱਖੀ ਦਾ ਬੂਟਾ ਲੱਗੇਗਾ ਮर्याਦਾ ਬਣੀਆ ਰਹਿਣਗੀਆਂ ਇਹ ਛੇਕਣ ਛਕਾਉਣ ਵਾਲੇ ਕੰਮ ਕੇ ਤਨ ਬੰਦ ਸ਼ਾਇਦ ਹੋ ਵੀ ਸਕਦੇ ਆ ਜੀ ਅਗਰ ਗੁਰਮੁਖੀ ਜਾਂ ਸਾਡੀ ਲਿਪੀ ਸਾਡੇ ਪੱਲੇ ਨਾ ਰਹੀ ਤਾਂ ਗੁਰਸਿੱਖੀ ਵੀ ਸ਼ਾਇਦ ਪੱਲੇ ਨਹੀਂ ਰਹੇਗੀ ਆਪਣੇ ਤੇ ਸੰਦੇਸ਼ ਜਾਂਦੇ ਜਾਂਦੇ ਆ ਜਦੋਂ ਦਲਜੀਤ ਨੇ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਨਾ ਆਪਣਾ ਵਿਸ਼ਾ ਚੱਲਦਾ ਸੀ ਘੱਟ ਗਿਣਤੀਆਂ ਵਾਲਾ ਉਹਦੇ ਵਿੱਚ ਮੈਂ ਬੋਲਣਾ ਚਾਹੁੰਦਾ ਸੀਗਾ ਕਿ ਮਿਨਿਓਰਿਟੀਜ਼ ਦਾ ਜਿੱਦਾਂ ਆਪਾਂ ਕਹਿੰਦੇ ਵੀ ਕਾਹਨ ਸਾਡਾ ਰੋਕ ਰੋਕ ਕੇ ਬੋਲਦੇ ਆ ਇਹ 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 ਸਟ੍ਰੈਟਜੀ ਸਿੱਧੂ ਸਾਹਿਬ ਤੋਂ ਤਾਂ ਨਹੀਂ ਸਿੱਖੀ ਨਹੀਂ ਨਹੀਂ ਇਹ ਸਟ੍ਰੈਟਜੀ ਕਿਸੇ ਤੋਂ ਨਹੀਂ ਸਿੱਖੀ ਹੈਗੀ ਯਾ ਕੋਸ਼ਿਸ਼ ਹੁੰਦੀ ਹੈ ਕਿ ਇਹਦੇ ਵਿੱਚ ਨਾ ਕੋਈ ਸ਼ਬਦ ਉੱਪਰ ਨੀਮਾ ਨਾ ਹੋ ਜਵੇ ਘੱਟ ਗਿਣਤੀਆਂ ਦਾ ਆਪਾਂ ਤਰਾਸਤੀ ਦੀ ਗੱਲ ਕੀਤੀ ਸਾਡੇ ਪ੍ਰੋਗਰਾਮ ਦਾ ਵੀ ਅੱਜ ਹੈਡਿੰਗ ਦੇ ਵਿੱਚ ਲਿਖਿਆ ਹੋਇਆ ਹੈ ਵੀ ਤਰਾਸਤੀ ਘੱਟ ਗਿਣਤੀਆਂ ਦੀ ਦੇਖੋ ਘੱਟ ਗਿਣਤੀ ਹੋਣਾ ਇੰਨਾ ਖਤਰਨਾ ਕੋਈ ਕੌਮ ਜੇ ਘੱਟ ਤਾਦਾਦ ਦੇ ਵਿੱਚ ਆ ਮੰਨਿਆ ਕਿ ਪੰਜਾਬੀ ਘੱਟ ਤਾਦਾਦ ਦੇ ਵਿੱਚ ਨੇ ਇਦਾਂ ਦਾ ਬੁੱਧੇ ਨੇ ਘੱਟ ਤਾਦਾਦ ਦੇ ਵਿੱਚ ਹੋਰ ਵੀ ਬਹੁਤ ਐਗਜ਼ਾਮਪਲ ਲੈ ਸਕਦੇ ਆ ਘੱਟ ਤਾਦਾਦ ਦੇ ਵਿੱਚ ਆ ਹੋਣਾ ਕੋਈ ਇੰਨਾ ਖਤਰਨਾਕ ਨਹੀਂ ਹੈਗਾ ਪਰ ਹਰ ਵਕਤ ਤੁਸੀਂ ਘੱਟੋਂ ਇਹਦਾ ਅਹਿਸਾਸ ਕਰਾਈ ਜਾਣਾ ਜਾਂ ਅਸੀਂ ਖੁਦ ਨੂੰ ਇਹ ਸਮਝਾਈ ਜਾਣਾ ਕਿ ਅਸੀਂ ਤਾਂ ਘੱਟ ਆ ਅਸੀਂ ਘੱਟ ਆ ਇਹ ਇਹ ਮਰਦ ਨੇ ਬਰਾਬਰ ਹੁੰਦਾ ਆ ਸੋ ਸਾਡੀ ਕੌਮ ਨੂੰ ਚਾਹੀਦਾ ਆ ਦੋ ਤਰ੍ਹਾਂ ਦੀ ਸਿੱਖਿਆ ਦੇ ਉੱਪਰ ਰੱਖੋ ਤੇ ਆਪਣੇ ਮਨ ਨੂੰ ਤਕੜਾ ਕਰੋ ਕਿ ਅਸੀਂ ਚਾਹੇ ਘਟਿਆਂ ਜੇ ਸਾਡਾ 1 ਸਵਾ ਲੱਖ ਦੇ ਨਾਲ ਰਲ ਕੇ ਉਹਨੂੰ ਆਪਣੇ ਵਿੱਚ ਰਲ ਗੱਡ ਕਰ ਸਕਦਾ ਸੀਗਾ ਤੇ ਆਪਣੀ ਆਪਣੀ ਉਤਪਤੀ ਦੱਸ ਸਕਦਾ ਕਿ ਦੇਖੋ ਮੈਂ ਕੱਲਾ ਵੀ ਤੁਹਾਡੇ ਬਰਾਬਰ ਦੇ ਵਿੱਚ ਵਿਚਰ ਸਕਦਾ ਆ ਤਾਂ ਫਿਰ ਇਹ ਜਿਹੜੀ ਘਟ ਆਲਾ ਜਿਹੜਾ ਆਪਣਾ ਦਿਮਾਗੀ ਖਾਮਿਆ ਜਨਾ ਇਹਨੂੰ ਘਟ ਕਰਨ ਦੀ ਲੋੜ ਆ ਜੀ ਫਿਰ ਫਿਰ ਅਸੀਂ ਕੰਮ ਜਾਵਾਂਗੇ ਜੀ ਸੋ ਚੱਲੀਏ ਜੀ ਹੁਣ ਜੀ ਸੋ ਤੁਸੀਂ ਇਹ ਜਾਣਕਾਰੀਆਂ ਸਾਂਝੇ ਕੀਤੀਆਂ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਸੋ ਆ ਦੋਸਤੋ ਕੋਸ਼ਿਸ਼ ਤਾਂ ਕੀਤੀ ਲਸਾੜਾ ਸਾਹਿਬ ਨੂੰ ਘੇਰਨ ਦੀ ਪਰ ਟਾਲਮਟੋਲਾ ਕਰ ਗਏ ਸਿੱਧੂ ਸਾਹਿਬ ਦੇ ਮੁੱਦੇ ਤੇ ਕੋਈ ਨਹੀਂ ਅਗਲੇ ਜਿਹੜੇ ਪ੍ਰੋਗਰਾਮਾਂ ਚ ਫਿਰ ਤੋਂ ਘੇਰਾਂਗੇ ਤੇ ਲਸਾੜਾ ਸਾਹਿਬ ਦੇ ਮੈਸੇਜ ਦੇ ਨਾਲ ਸਾਡੇ ਪ੍ਰੋਗਰਾਮ ਚ ਅੱਜ ਇੰਨਾ ਹੀ ਹੁਣ ਮੈਨੂੰ ਗੁਰਦੇਵ ਸਿੰਘ ਸਿੱਧੂ ਨੂੰ ਹਰਜੀਤ ਲਸਾੜਾ ਨੂੰ ਤੇ ਨਾਲ ਦਿਲਜੀਤ ਸਿੰਘ ਹੁਣਾਂ ਨੂੰ ਦਿਓ ਇਜਾਜ਼ਤ ਮਿਲਦੀ ਹੈ ਅਗਲੇ ਹਫਤੇ ਤਦ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਵੇਖਦੇ ਰਹੋ ਇੰਡਸਟੀਵੀ ਆਸਟ੍ਰੇਲੀਆ ਸਿਕਾ